ਆਪਾਂ ਸੁਣਦੇ ਹਾਂ ਵੱਖ ਵੱਖ ਬੁਲਾਰੇ ਬੋਲਦੇ ਆ, ਹਰ ਬੁਲਾਰੇ ਦੀ ਇੱਕੋ ਹੀ ਗੱਲ ਹੁੰਦੀ ਹੈ ਕਿ ਸਿਸਟਮ ਬੜਾ ਮਾੜਾ ਹੋ ਗਿਆ, ਪ੍ਰਬੰਧਕ ਬੜੇ ਮਾੜੇ ਹੋ ਗਏ, ਸਾਡੇ ਸਿਆਸੀ ਆਗੂ ਨੇ ਜਿਹੜੇ ਉਹ ਮਾੜੇ ਹੋ ਗਏ, ਸਾਡੇ ਪੰਜਾਬ ਦੇ ਹਾਲਾਤ ਬੜੇ ਮਾੜੇ ਹੋ ਗਏ। ਪਰ ਸਾਥੀਓ, ਗੱਲ ਮੈਂ ਕਹਿਣੀ ਚਾਹੁੰਦਾ ਅੱਜ ਕਿ ਆਪਾਂ ਹਮੇਸ਼ਾ ਜਿਹੜਾ ਦੋਸ਼ ਹੈ ਉਹ ਦੂਜਿਆਂ ਦੇ ਸਿਰ ਤੇ ਮੜਦੇ ਆ। ਠੀਕ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਪੰਜਾਬ ਦੇ ਜਿੰਨੇ ਸਿਆਸੀ ਬੰਦੇ ਨੇ, ਜਿੰਨੇ ਆਹ ਚਿੱਟੇ ਚੋਲੇ ਵਾਲੇ ਚਿੱਟੀ ਸਿਉਂਖ ਵਾਲੇ ਹੈ, ਜਿਹਨੂੰ ਆਪਾਂ ਬਾਬੇ ਕਹਿ ਦਿੰਦੇ ਹਾਂ, ਡੇਰੇ ਵਾਲੇ ਹੈ, ਇਹ ਹੋ ਗਏ ਨਸ਼ੇ ਦੇ ਤਸਕਰ, ਹੋ ਗਏ ਪੁਲਿਸ ਪ੍ਰਸ਼ਾਸਨ ਦੇ ਵਿੱਚ ਬੈਠੀਆਂ ਕਾਲੀਆਂ ਭੇਡਾਂ ਹੋ ਗਈਆਂ, ਇਹ ਸਾਰੇ ਜਿਹੜੇ ਉਹ ਲੋਕ ਨੇ ਜਿਹੜੇ ਸਾਨੂੰ ਖਾ ਰਹੇ ਆ ਪੰਜਾਬ ਨੂੰ। ਪਰ ਮੈਂ ਇਹ ਗੱਲ ਦੇਖਦਾ ਹੁੰਦਾ ਕਿ ਜਦੋਂ ਅਸੀਂ ਦੋਸ਼ ਹੈ ਜਿਹੜਾ ਦੂਜਿਆਂ ਤੇ ਮੜਦੇ ਹਾਂ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਲੋਕ, ਸਾਡਾ ਸਮਾਜ ਵੀ ਜ਼ਿੰਮੇਵਾਰ ਹੁੰਦਾ। ਕਿਉਂਕਿ ਮੈਂ ਦੇਖਦਾ ਕਿ ਸਾਡੇ ਪੰਜਾਬ ਦੇ ਲੋਕਾਂ ਦੀ ਜਿਹੜੀ ਸੋਚ ਹੈ ਉਹ ਬਦਲ ਰਹੀ ਹੈ। ਸਾਡੀ ਸੋਚ ਨੂੰ ਮੈਨੂੰ ਇਹ ਲੱਗਦਾ ਹੁੰਦਾ ਕਈ ਵਾਰੀ ਕਿ ਕੈਂਸਰ ਹੋ ਗਿਆ ਪੰਜਾਬੀਆਂ ਦੀ ਸੋਚ ਨੂੰ। ਆਪਾਂ ਉਹ ਪੰਜਾਬੀ ਸੀ ਜਿਹੜੇ ਕਦੇ ਅਣਖਾਂ ਗੈਰਤਾਂ ਕਰਕੇ ਜਾਣੇ ਜਾਂਦੇ ਸੀ, ਉਹ ਪੰਜਾਬੀ ਸੀ ਜਿਹੜੇ ਇਮਾਨਦਾਰੀ ਦੀ ਮਿਸਾਲ ਹੁੰਦੇ ਸੀ ਪੂਰੀ ਦੁਨੀਆ ਦੇ ਵਿੱਚ, ਉਹ ਪੰਜਾਬੀ ਜਿਹੜੇ ਜਬਰ ਜ਼ੁਲਮ ਦਾ ਟਾਕਰਾ ਕਰਦੇ ਸੀ, ਉਹ ਪੰਜਾਬੀ ਜਿਹੜੇ ਧੀਆਂ ਭੈਣਾਂ ਦੀ ਇੱਜ਼ਤ ਦੇ ਰਾਖੇ ਹੁੰਦੇ ਸੀ, ਉਹ ਪੰਜਾਬੀ ਜਿਹੜੇ ਮਜ਼ਲੂਮ ਦੀ ਬਾਂਹ ਫੜਦੇ ਸੀ, ਗਰੀਬ ਦਾ ਸਹਾਰਾ ਬਣਦੇ ਸੀ, ਹਯਾ ਦਇਆ ਕਰਨ ਵਾਲੇ ਪੰਜਾਬੀ ਸੀ। ਇਹ ਵਿਰਾਸਤ ਤੇ ਵਿਰਸਾ ਸਾਨੂੰ, ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ, ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਉਸ ਫਲਸਫੇ ਤੋਂ ਮਿਲੀਆਂ, ਉਹਨਾਂ ਸਿਧਾਂਤਾਂ ਦੇ ਵਿੱਚੋਂ ਅਸੀਂ ਸਿੱਖਿਆ ਸੀ ਇਹ। ਪਰ ਅੱਜ ਪੰਜਾਬੀ ਕਿੱਥੇ ਖੜੇ ਆ? ਜਦੋਂ ਮੈਂ ਦੇਖਦਾ ਅੱਜ ਪੰਜਾਬੀਆਂ ਦਾ ਨੰਬਰ ਆਉਂਦਾ ਸਭ ਤੋਂ ਪਹਿਲਾਂ ਕਿ ਜਦੋਂ ਧੀਆਂ ਨੂੰ ਕੁੱਖਾਂ ਦੇ ਵਿੱਚ ਕਤਲ ਕਰਾਉਣਾ ਹੋਵੇ ਤਾਂ ਪੰਜਾਬੀਆਂ ਦਾ ਨੰਬਰ ਆਉਂਦਾ। ਜੇ ਅੱਜ ਚਿੱਟੇ ਦੇ ਟੀਕੇ ਲਾ ਲਾ ਕੇ ਮਰ ਰਹੇ ਨੇ ਤਾਂ ਉਹ ਪੰਜਾਬੀ ਮਰ ਰਹੇ ਨੇ। ਜੇ ਅੱਜ ਭਰਾ ਨੂੰ ਭਰਾ ਮਾਰ ਰਿਹਾ ਤਾਂ ਪੰਜਾਬੀ ਮਾਰ ਰਿਹਾ, ਜੇ ਪੁੱਤ ਨੂੰ ਪਿਓ ਮਾਰ ਰਿਹਾ ਤਾਂ ਪੰਜਾਬੀ ਮਾਰ ਰਿਹਾ, ਜੇ ਅੱਜ ਪੁੱਤ ਪਿਓ ਨੂੰ ਘਰਾਂ ਤੋਂ ਕੱਢ ਰਹੇ ਨੇ ਤਾਂ ਪੰਜਾਬੀ ਕੱਢ ਰਹੇ ਨੇ। ਕੁਦਰਤ ਦੇ ਨਾਲ ਅਸੀਂ ਆਡਾ ਲਾਇਆ ਹੋਇਆ, ਕਿੰਨੀ ਸੋਚ ਦੇ ਵਿੱਚ ਅੰਤਰ ਆ ਗਿਆ ਸਾਡਾ, ਕਿੰਨਾ ਫਰਕ ਪੈ ਗਿਆ ਸਾਡਾ। ਦੇਖੋ, ਅਸੀਂ ਹਮੇਸ਼ਾ ਇੱਕ ਗੱਲ ਦੀ ਕਰਦੇ ਹਾਂ ਕਿ ਯਾਰ ਸਾਨੂੰ ਕੋਈ ਇਨਕਲਾਬ ਲੈ ਕੇ ਆਉਣਾ ਪੈਣਾ, ਕੋਈ ਸਿਆਸੀ ਇਨਕਲਾਬ ਲਿਆਉਣਾ ਪੈਣਾ, ਧਾਰਮਿਕ ਇਨਕਲਾਬ ਲਿਆਉਣੇ ਪੈਣੇ ਆ। ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਦੇ ਵੀ ਇੱਕ ਬਿਮਾਰ ਜਿਹੜੀ ਮਾਂ ਹੁੰਦੀ ਆ ਨਾ, ਉਹ ਤੰਦਰੁਸਤ ਬੱਚਾ ਨਹੀਂ ਪੈਦਾ ਕਰ ਸਕਦੀ। ਕਦੇ ਵੀ ਬਿਮਾਰ ਸਮਾਜ ਆ ਜਿਹੜਾ, ਉਹ ਚੰਗੇ ਕਿਰਦਾਰ ਨਹੀਂ ਪੈਦਾ ਕਰ ਸਕਦਾ, ਉਹ ਚੰਗੀ ਸਿਆਸਤ ਨਹੀਂ ਦੇ ਸਕਦਾ। ਇਹ ਸਮਾਜ ਦੇ ਵਿੱਚੋਂ ਨਿਕਲਣ ਵਾਲੇ ਉਹ ਲੋਕ ਹੁੰਦੇ ਨੇ ਜਿਹੜੇ ਸਾਡੇ ਆਗੂ ਬਣ ਜਾਂਦੇ ਨੇ, ਉਹ ਧਾਰਮਿਕ ਤੌਰ ਤੇ ਵੀ ਹੁੰਦੇ ਨੇ, ਉਹ ਸਿਆਸੀ ਤੌਰ ਤੇ ਵੀ ਹੁੰਦੇ ਨੇ। ਸੋ ਭਰਾਵੋ, ਕਿਸੇ ਨੇ ਨਾ ਇੱਕ, ਮੈਂ ਜਦੋਂ ਰਾਹ ਦੇ ਵਿੱਚ ਆਉਂਦਾ ਸੀਗਾ ਤਾਂ ਮੈਂ ਦੇਖਿਆ ਕਿ ਯਾਰ ਥਾਂ ਥਾਂ ਦੇ ਉੱਤੇ ਅੱਜ ਵੀ ਬੜਾ ਮੇਲਾ ਲੱਗਿਆ ਹੋਇਆ ਹੈ ਕਈ ਥਾਵਾਂ ਦੇ ਉੱਤੇ। ਮੈਂ ਰਾਹ ਦੇ ਵਿੱਚ ਲੋਪੋ ਪਿੰਡ ਰੁਕ ਗਿਆ, ਕਿਸੇ ਨੂੰ ਪੁੱਛਿਆ ਮੈਂ ਮੁੰਡਿਆਂ ਨੂੰ, ਮੈਂ ਕਿਹਾ ਵੀ ਇੱਥੇ ਕੀ ਹਾਲਾਤ ਨੇ ਇਸ ਪਿੰਡ ਦੇ, ਮੁੰਡੇ ਖੜੇ 4-5। ਮੈਂ ਪੁੱਛਣ ਲੱਗ ਗਿਆ, ਮੈਂ ਕਿਹਾ ਵੀ ਤੁਹਾਡੇ ਪਿੰਡ ਦੇ ਅੱਜ ਥਾਂ ਥਾਂ ਮੇਲੇ ਆਲੇ ਦੁਆਲੇ ਲੋਕ ਜਾਈ ਜਾਂਦੇ ਨੇ ਟਰੈਕਟਰ ਟਰਾਲੀਆਂ ਭਰ ਕੇ, ਮੋਟਰਸਾਈਕਲਾਂ ਦੇ ਕੀ ਮਾਹੌਲ ਹੈ? ਉਹ ਕਹਿੰਦਾ ਬਾਈ ਜੀ, ਅੱਜ ਜਿਹੜਾ ਡੇਰਿਆਂ ਨੂੰ ਮੜੀਆਂ ਨੂੰ ਪੂਜਣ ਦਾ ਜਿਹੜਾ ਰਿਵਾਜ ਆ ਸਾਡਾ, ਉਹਦੇ ਜਾ ਰਹੇ ਆ ਲੋਕ। ਕੱਲ ਦੀਵਾਲੀ ਲੰਘ ਕੇ ਗਈ ਹੈ, ਮੈਨੂੰ ਉਹਨੇ ਹੋਰ ਦੱਸੀ ਇੱਕ ਮੁੰਡੇ ਨੇ ਕਮਾਲ ਦੀ ਗੱਲ, ਕਹਿੰਦਾ ਬਾਈ ਲੋਪੋ ਪਿੰਡ ਦੇ ਵਿੱਚ 39 ਡੇਰੇ ਆ, ਇੱਕ ਘੱਟ 40 ਡੇਰੇ ਆ।
ਤੇ ਮੈਂ ਇਹਨੂੰ ਇੱਕ ਹੋਰ ਪੁੱਛਿਆ, ਤੁਹਾਨੂੰ ਪੁੱਛਣਾ ਚਾਹੁੰਦਾ, ਕੱਲ ਦੀਵਾਲੀ ਲੰਘ ਕੇ ਗਈ ਹੈ, ਮੈਨੂੰ ਉਹ ਹੱਥ ਖੜੇ ਕਰਕੇ ਦੱਸਿਓ ਜਿਨ੍ਹਾਂ ਨੇ ਕੱਲ ਮੜੀਆਂ ਨੂੰ ਕਲੀ ਨਹੀਂ ਕੀਤੀ ਹੋਣੀ। ਆਸ਼ੇ ਆ ਯਾਰਾ ਤਾਂ ਕਮਾਲ ਦੀ ਗੱਲ, ਨਹੀਂ ਮੈਨੂੰ ਘੱਟ ਹੀ ਮਿਲਦੇ ਹੁੰਦੇ ਆ, ਮੜੀਆਂ ਨੂੰ ਚਿੱਠੀਆਂ ਕਲੀਆਂ ਵੀ ਕੀਤੀਆਂ ਕੱਲ ਅਸੀਂ, ਤੇ ਬਾਬਿਆਂ ਦੀਆਂ ਰੋਟੀਆਂ ਵੀ ਖਵਾਈਆਂ ਹੋਣਗੀਆਂ, ਖਵਾਈਆਂ ਖਵਾਉਣੇ ਆ ਨਾ, ਦਸਵੀਂ ਗਿਆਰਵੀਂ ਬਾਰਵੀਂ ਤੇਰਵੀਂ ਪਤਾ ਨੀ ਕਿਹੜੀਆਂ ਕਿਹੜੀਆਂ ਸੀ ਮੰਨੀਆਂ ਨੇ। ਤਾਂ ਉਹ ਬੜੀ ਸੋਹਣੀ ਕਿਸੇ ਨੇ ਗੱਲ ਲਿਖੀ ਹੈ, ਕਹਿੰਦਾ ਯਾਰ ਦਾਦੂ ਦੁਨੀਆ ਬਾਬਰੀ ਮੜੀਆਂ ਪੂਜਣ ਊਤ, ਜਿਹੜੇ ਜਹਾਨੋਂ ਲੱਦ ਗਏ ਉਹਨਾਂ ਕੀ ਦੇਣੇ ਪੂਤ। ਛੋਟੀ ਜਿਹੀ ਅਸੀਂ ਮੱਡੀ ਬਣਾ ਲੈਂਦੇ ਹਾਂ ਚਾਰ ਕਿੱਟਾਂ ਦੀ, ਦੱਸੋ ਉਹਦੇ ਸਾਡਾ ਬਾਬਾ ਬਣ ਕੇ ਰਹਿ ਸਕਦਾ? ਫਿਰ ਅਸੀਂ ਕਹਿੰਦੇ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹੈ, ਅਸੀਂ ਬਾਬੇ ਨਾਨਕ ਦੇ ਸਿੱਖ ਹੈ, ਅਸੀਂ ਵੱਖਰੇ ਹਾਂ, ਸਾਡੀ ਅੱਡਰੀ ਪਹਿਚਾਣ ਹੈ, ਸਾਡੀ ਵਿਚਾਰਧਾਰਾ ਵੱਖਰੀ ਆ। ਤਾਂ ਤੁਸੀਂ ਮੈਨੂੰ ਇਹ ਦੱਸੋ ਫਿਰ ਜਦੋਂ ਅਸੀਂ ਇਹੀ ਕੁਛ ਕਰਨਾ ਹੈ, ਆ ਡੇਰਿਆਂ 'ਚ ਜਾਣਾ, ਸਾਧਾਂ ਕੋਲੇ ਜਾਣਾ, ਮੜੀਆਂ ਪੂਜਣੀਆਂ, ਧਾਗੇ ਤਵੀਤਾਂ ਵਾਲਿਆਂ ਕੋਲ ਜਾਣਾ, ਤੇ ਸਾਡੀ ਵੱਖਰੀ ਪਹਿਚਾਣ ਕਿਹੜੀ ਹੈ ਯਾਰ? ਅਸੀਂ ਕਿੱਥੋਂ ਫਿਰ, ਅਸੀਂ ਗੁਰੂ ਨਾਨਕ ਦੇਵ ਦੇ ਪੁੱਤ ਹਾਂ, ਕਿਹੜੇ ਪਾਸੋਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ? ਇਹ ਇੱਥੇ ਤੁਹਾਡੇ ਬਾਬਾ ਘਾਲਾ ਨਾਨਕਸਰ ਵਾਲਾ ਇੱਥੇ ਨੇੜੇ ਰਹਿੰਦਾ ਨਾ ਬਾਬਾ ਘਾਲਾ, ਉਹਦਾ ਭਾਣਜਾ ਫੜਿਆ ਗਿਆ ਹੁਣ ਚਿੱਟੇ ਦੇ ਵਿੱਚ, 26 ਕਿਲੋ ਹੈਰੋਇਨ ਫੜੀ ਗਈ ਹੈ, ਤੇ ਉਹ ਬਾਬੇ ਘਾਲੇ ਨੇ ਸੈਕਟਰੀ ਦੇ ਘਰੋਂ ਲੈ ਕੇ ਗਈ ਫੜ ਕੇ ਪੁਲਿਸ ਉਹਦੇ ਭਾਣਜੇ ਨੂੰ ਐਸਟੀਐਫ ਵਾਲੇ, ਤੇ ਰਾਹ ਦੇ ਵਿੱਚ ਜਾਂਦੇ ਜਾਂਦੇ ਜਿਹੜਾ ਸੈਕਟਰੀ ਸੀ ਉਹਨੂੰ ਬੱਚੀ ਉੱਥੇ ਛੱਡ ਕੇ ਤਾਰ ਗਈ। ਹੁਣ ਜਿਹੜਾ ਤਾਰਾਂ ਜੁੜੀਆਂ ਹੋਈਆਂ ਨੇ, ਅੱਗੇ ਆਪਾਂ ਕਹਿੰਦੇ ਸੀ ਗੱਠਜੋੜ ਹੈ ਸਿਆਸੀ ਸਮਗਲਰ ਤੇ ਪੁਲਿਸ ਦਾ ਗੱਠਜੋੜ, ਆਪਾਂ ਮੰਨਦੇ ਸੀ ਕਿ ਨਸ਼ੇ ਨੂੰ ਚਿੱਟੇ ਨੂੰ ਜਾਂ ਜਿੰਨਾ ਵੀ ਕ੍ਰਾਈਮ ਜੁਰਮ ਹੁੰਦਾ ਹੈ ਉਹਦੇ ਵਿੱਚ ਇਹਨਾਂ ਤਿੰਨਾਂ ਦਾ ਹੱਥ ਰਿਹਾ। ਹੁਣ ਚੌਥੇ ਆਹ ਜੁੜ ਗਏ ਬਾਬੇ ਆ ਚਿੱਠੀ ਸਿਉਂਖ ਵਾਲੇ ਆ ਚੋਲਿਆਂ ਵਾਲੇ। ਉਹਦੇ ਮੈਂ ਮੁੱਲਾਪੁਰ ਦਾਖਾ ਬੋਲਦਾ ਸੀ, ਇੱਕ ਤੁਹਾਡੇ ਇੱਥੇ ਲੋਪੋ ਦਾ ਬਾਬਾ ਮੈਂ ਤਾਂ ਜਾਣਦਾ ਨਹੀਂ ਹਾਂ, ਉਹ ਵੀ ਉੱਥੇ ਆ ਗਿਆ। ਉਹ ਗੱਲ ਆਹੀ ਬਾਬਿਆਂ ਦੇ ਚੱਲ ਰਹੀ ਸੀ, ਡੇਰਿਆਂ ਦੇ ਚੱਲ ਰਹੀ ਸੀ, ਤਾਂ ਉਹਨੂੰ ਬੜਾ ਦੁੱਖ ਲੱਗਿਆ। ਮੈਂ ਉਹਦੇ ਬਾਰੇ ਬਾਅਦ 'ਚ ਪਤਾ ਕੀਤਾ, 21 ਕਿੱਲੇ ਜ਼ਮੀਨ ਵੀ ਦੱਬੀ ਬੈਠਾ ਹੈ। ਆਹ ਤੁਹਾਡੇ ਪਿੰਡ 'ਚ ਅਖਰ ਵੀ ਇੱਕ ਬਾਬਾ ਦੱਬੀ ਬੈਠਾ ਹੈ ਨਾ, ਦੱਬੀ ਬੈਠਾ ਨਾ ਜ਼ਮੀਨ ਹੈਗਾ। ਹਾਂ ਪੜੌਦੀ, ਪਤਾ ਨਹੀਂ ਪੜੌਦੀ ਵਾਲਾ ਕਿਹੜਾ ਦੱਬਾ ਹੈ। ਹਾਂ ਹਾਂ ਉਹ ਇਹੀ ਹੁੰਦਾ, ਅਸੀਂ ਜਦੋਂ ਅਸੀਂ ਇਹਨਾਂ ਲੋਕਾਂ ਨੂੰ ਪਨਾਹ ਦਿੰਦੇ ਹਾਂ ਤਾਂ ਪਨਾਹ ਕੀ ਦਿੰਦੇ ਹਾਂ, ਫਿਰ ਸਾਡੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਵੀ ਇਹ ਖੇਡਦੇ ਨੇ ਲੋਕ ਆ ਕੇ, ਸਾਡੀਆਂ ਜ਼ਮੀਨਾਂ ਵੀ ਦੱਬਦੇ ਨੇ, ਯਾਸ਼ੀਆਂ ਕਰਦੇ ਨੇ, ਠਾਠ ਵਾਲੀ ਜ਼ਿੰਦਗੀ ਜਿਉਂਦੇ ਨੇ। ਤਾਂ ਹੁਣ ਇੱਕ ਲਹਿਰ ਸਾਨੂੰ ਆ ਬਾਬਾਬਾਦ ਆ ਡੇਰਾਬਾਦ ਦੇ ਖਿਲਾਫ ਵੀ ਚਲਾਉਣੀ ਪੈਣੀ ਹੈ। ਤਾਂ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਦਾ, ਜਾਂਦਾ ਜਾਂਦਾ ਮੈਨੂੰ ਕਈ ਵਾਰੀ ਇਹ ਦੇਖਣ ਦੇ ਵਿੱਚ ਮਹਿਸੂਸ ਹੁੰਦਾ ਕਿ ਯਾਰ ਅਸੀਂ ਰਾਜ ਭਾਗ ਦੇ ਮਾਲਕ, ਤਾਜਾਂ ਤਖਤਾਂ ਦੇ ਮਾਲਕ, ਆ ਸਾਡੀ ਮਾਨਸਿਕਤਾ ਕਿੱਥੇ ਖੜੀ ਹੈ? ਉਹ ਕਿਉਂ ਸਾਡੀ ਇਸ ਤਰ੍ਹਾਂ ਦੀ ਮਾਨਸਿਕਤਾ ਬਣ ਗਈ? ਪਿੱਛੇ ਜੇ ਨਾ ਇੱਕ ਸੈਂਟਰ ਸਰਕਾਰ ਵੱਲੋਂ ਇੱਕ ਸਕੀਮ ਇਹਨਾਂ ਨੇ ਕੱਢੀ ਸੀਗੀ, ਇੱਕ ਨੀਤੀ ਤਿਆਰ ਕੀਤੀ ਸੀ ਕਿ ਕੋਰੋਨੇ ਦੇ ਕਰਕੇ ਜਿਹੜੀ ਸਾਡੀ ਪੜ੍ਹਾਈ ਆ, ਸਿੱਖਿਆ ਜਿਹੜੀ, ਉਹਦੇ ਵਿੱਚੋਂ 30% ਜਿਹੜੀ ਕਟੌਤੀ ਕੀਤੀ ਜਾਊਗੀ, 30% ਘੱਟ ਕੀਤਾ ਜਾਊਗਾ ਜਿਹੜਾ ਸਾਡਾ ਸਿਲੇਬਸ ਆ। ਤਾਂ ਸਿਲੇਬਸ ਦੇ ਵਿੱਚ ਇਹਨਾਂ ਨੇ ਕਟੌਤੀ ਦੀ ਆੜ ਦੇ ਵਿੱਚ ਕੋਰੋਨੇ ਦਾ ਬਹਾਨਾ ਲਾ ਕੇ ਜਿੰਨਾ ਸਿੱਖ ਇਤਿਹਾਸ ਹੈ ਅੰਗਰੇਜ਼ੀ ਦੀਆਂ ਕਿਤਾਬਾਂ ਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਪਾਠ ਕੱਢ ਦਿੱਤਾ ਗਿਆ। ਇਹ ਕਿਉਂ ਹੋ ਰਿਹਾ? ਸਾਡੀ ਮੈਂ ਜਵਾਨੀ ਨੂੰ ਗੱਲ ਕਰਦਾ ਹੁੰਦਾ ਕਿ ਅਸੀਂ ਕਿਉਂ ਇਸ ਤਰ੍ਹਾਂ ਸਾਨੂੰ ਬਣਾਇਆ ਗਿਆ, ਕਿਉਂਕਿ ਜਦੋਂ ਕਿਸੇ ਕੌਮ ਨੂੰ ਮਾਰਨਾ ਉਹਦੇ ਇਤਿਹਾਸ ਨਾਲੋਂ ਤੋੜ ਦਿਓ। ਆ ਲਲਤੋ ਪਿੰਡ ਇੱਕ ਦਿਨ ਪੱਤਰਕਾਰ ਚਲੇ ਗਏ,
ਮੈਂ ਦੇਖ ਰਿਹਾ ਸੀਗਾ ਲਲਤੋਂ ਪਿੰਡ ਜਿਹੜਾ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਹੈ, ਕਈ ਗਦਰੀ ਸ਼ਹੀਦ ਉੱਥੇ ਹੋਏ ਨੇ, ਯੋਧੇ ਹੋਏ ਨੇ ਲਲਤੋਂ ਪਿੰਡ ਦੇ। ਪੱਤਰਕਾਰ ਜਾ ਕੇ ਪਿੰਡ ਦੇ ਵਿੱਚੋਂ ਨੌਜਵਾਨਾਂ ਨੂੰ ਲਲਤੋਂ ਪਿੰਡ ਦੇ ਪੈਦਾ ਹੋਏ ਯੋਧਿਆਂ ਬਾਰੇ ਪੁੱਛਦਾ, ਉਹਨਾਂ ਨੌਜਵਾਨਾਂ ਨੂੰ ਕੋਈ ਪਤਾ ਨਹੀਂ ਹੈ। ਕੌਣ ਬੰਦਾ ਸਿੰਘ ਬਹਾਦਰ, ਕੌਣ ਹਰੀ ਸਿੰਘ ਨਲੂਆ ਜਿਹਨੇ ਐਡਾ ਰਾਜ ਸਥਾਪਿਤ ਕੀਤਾ, ਕਿਵੇਂ ਮਹਾਰਾਜਾ ਰਣਜੀਤ ਸਿੰਘ 40 ਸਾਲ ਇੱਥੇ ਬਹੁਤ ਵਧੀਆ ਇੱਕ ਦੁਨੀਆ ਦਾ ਲਾਮਿਸ਼ਾਲ ਰਾਜ ਦੇ ਕੇ ਗਿਆ, ਕਿਵੇਂ, ਕੌਣ ਨੇ ਬੋਤਾ ਸਿੰਘ, ਗਰਜਾ ਸਿੰਘ, ਕੌਣ ਆ ਸੁੱਖਾ ਸਿੰਘ, ਮਹਿਤਾਬ ਸਿੰਘ, ਇਹ ਇਤਿਹਾਸ ਦੇ ਵਿੱਚੋਂ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ, ਜਾਂ ਇਤਿਹਾਸ ਸਾਨੂੰ ਪੜ੍ਹਾਇਆ ਜਾ ਰਿਹਾ। ਪਿੱਛੇ ਜੇ 12ਵੀਂ ਕਿਤਾਬ ਦਾ ਰੌਲਾ ਪਿਆ ਇਤਿਹਾਸ ਦੀ, ਦਾ ਉਹਦੇ 'ਚ ਕੀ ਦਿਖਾਇਆ ਗਿਆ, ਆ ਸਖੀ ਸਰਵਰ ਕੋਈ ਲੱਖਾਂ ਦਾ ਦਾਤਾ ਵੱਜਦਾ ਪੀਰ ਹੈ ਕੋਈ, ਉਹਦੀ ਹਿਸਟਰੀ ਪੜ੍ਹਾਉਣ ਲੱਗ ਗਏ ਕਿਤਾਬਾਂ ਦੇ ਵਿੱਚ ਸਾਨੂੰ। ਦੇਖੋ ਇੱਕ ਗੱਲ ਧਿਆਨ ਰੱਖਿਓ ਕਿ ਜਦੋਂ ਕਿਸੇ ਕੌਮ ਨੂੰ ਮਾਰਨਾ ਹੁੰਦਾ ਤਾਂ ਉਹਦੀ ਕੌਮ ਨੂੰ ਉਹਦੇ ਇਤਿਹਾਸ ਨਾਲੋਂ ਤੋੜ ਦਿਓ, ਉਹਦੀ ਬੋਲੀ ਨਾਲੋਂ ਤੋੜ ਦਿਓ, ਉਹਦੇ ਜਿਹੜੇ ਸਰੋਤ ਨੇ ਉਹਨਾਂ ਨੂੰ ਖੋਲੋ, ਉਹ ਕੌਮ ਜਿਹੜੀ ਆਪੇ ਹੌਲੀ ਹੌਲੀ ਖਤਮ ਹੋ ਜਾਂਦੀ ਹੈ। ਤਾਂ ਨੌਜਵਾਨ ਮੁੰਡੇ ਖੜੇ ਆ, ਮੈਂ ਗੱਲ ਕਹਿਣੀ ਚਾਹੁੰਦਾ, ਕਿਤਾਬਾਂ ਅਸੀਂ ਬਹੁਤ ਘੱਟ ਪੜ੍ਹਦੇ ਹਾਂ। ਮੈਂ ਕਹਿੰਦਾ ਜਿੰਨਾ ਬੰਦਾ ਕਿਤਾਬਾਂ ਤੋਂ ਹਾਸਲ ਕਰਦਾ, ਜਾਣਕਾਰੀ ਵੀ ਹਾਸਲ ਕਰਦਾ, ਇੱਕ ਪ੍ਰੇਰਨਾ ਵੀ ਮਿਲਦੀ, ਇੱਕ ਸ਼ਕਤੀ ਵੀ ਮਿਲਦੀ ਹੈ ਸਾਨੂੰ। ਜਦੋਂ ਅਸੀਂ ਕਿਸੇ ਯੋਧੇ ਬਾਰੇ ਪੜ੍ਹਦੇ ਹਾਂ ਤਾਂ ਇੱਕ ਅੰਦਰ ਜਨੂਨ ਉੱਠਦਾ ਕਿ ਐਡੇ ਐਡੇ ਮਹਾਨ ਯੋਧਿਆਂ ਦੇ ਵਾਰਸਾਂ ਸੀ। ਤਾਂ ਮੈਂ ਕਿਤਾਬਾਂ ਦੀ ਮਹੱਤਤਾ ਦੱਸਣ ਲੱਗਿਆ ਕੀ ਹੈ, ਤਿੰਨ ਚੀਨੀ ਯਾਤਰੀ ਜਿਹੜੇ ਭਾਰਤ ਆਏ ਨੇ, ਤਿੰਨ ਚੀਨੀ ਯਾਤਰੀ ਤੁਸੀਂ ਸਾਰਾ ਇਤਿਹਾਸ ਪੜ੍ਹਿਆ ਹੋਣਾ, ਫਾਈਅਨ ਹਿਊਨ ਸਾਂਗ ਤੇ ਫਿਰ ਸਿੰਘ, ਇਹਨਾਂ ਤਿੰਨ ਬੰਦੇ ਜਿਹੜੇ ਉਹ ਵੱਖ ਵੱਖ ਸਮੇਂ ਦੇ ਭਾਰਤ ਆਏ। ਹਿਊਨ ਸਾਂਗ ਅਖੀਰ ਦੇ ਉੱਤੇ ਆਉਂਦਾ, 12 ਸਾਲ ਭਾਰਤ ਰਹਿੰਦਾ ਹੈ ਤੇ ਉਹ ਭਾਰਤ ਦੇ ਵਿੱਚ ਜਿੰਨੇ ਧਾਰਮਿਕ ਗ੍ਰੰਥ ਆ ਉਹਨਾਂ ਦਾ ਅਧਿਐਨ ਕਰਦਾ, ਕਿਤਾਬਾਂ ਪੜ੍ਹਦਾ ਤੇ ਜਾਂਦਾ ਹੋਇਆ ਵਾਪਸੀ ਦੇ ਵਿੱਚ ਕਿਤਾਬਾਂ ਨਾਲ ਲੈ ਕੇ ਜਾਂਦਾ। ਰਸਤੇ ਦੇ ਵਿੱਚ ਸਮੁੰਦਰ ਦੇ ਵਿੱਚ ਤੂਫਾਨ ਆ ਜਾਂਦਾ ਤੇ ਜਿਹੜਾ ਬੇੜਾ ਹੁੰਦਾ ਉਹਦਾ ਮਲਾਹ ਕਹਿੰਦਾ ਕਿ ਜੀ ਇਹ ਤਾਂ ਹੁਣ ਭਾਰ ਬਹੁਤ ਜ਼ਿਆਦਾ ਆ, ਤੂਫਾਨ ਆ ਗਿਆ ਸਮੁੰਦਰ ਦੇ ਵਿੱਚ ਤੇ ਬੇੜਾ ਆਪਣਾ ਡੁੱਬ ਜਾਣਾ, ਕਿਤਾਬਾਂ ਆਪਾਂ ਸਿੱਟ ਦਈਏ ਤਾਂ ਭਾਰ ਘੱਟ ਗਈ। ਤਾਂ ਜਿਹੜੇ ਹਿਊਨ ਸਾਂਗ ਦੇ ਨਾਲ ਦੋ ਹੋਰ ਆਏ ਹੁੰਦੇ ਨੇ, ਕਈ ਆਏ ਹੁੰਦੇ ਨੇ, ਤਾਂ ਦੋ ਜਾਣੇ ਉਹਨਾਂ ਦੇ ਸਮੁੰਦਰ ਦੇ ਵਿੱਚ ਛਾਲ ਮਾਰ ਦਿੰਦੇ ਨੇ ਤਾਂ ਕਿ ਜਿਹੜੀਆਂ ਕਿਤਾਬਾਂ ਨੇ ਉਹ ਚੀਨ ਪਹੁੰਚ ਸਕਣ। ਇਹ ਮਹੱਤਤਾ ਕਿਤਾਬਾਂ ਦੀ। ਪਰ ਸਾਡੀ ਜਵਾਨੀ, ਮੈਂ ਪੁੱਛ ਲੈਂਦਾ ਤੁਹਾਡੇ ਕੋਲੋਂ ਵੀ, ਕਿੰਨੇ ਕੁ ਹੋਵੋਗੇ ਜਿਹੜੇ ਅਖਬਾਰਾਂ ਦੀਆਂ ਸੰਪਾਦਕੀਆਂ ਪੜ੍ਹਦੇ ਹੋ? ਕਿਤਾਬਾਂ ਦਾ ਬਹੁਤ ਦੂਰ ਦੀਆਂ ਗੱਲਾਂ ਨੇ, ਲਾਇਬ੍ਰੇਰੀਆਂ ਬਣੀਆਂ ਹੋਈਆਂ ਨੇ ਪਿੰਡਾਂ ਦੇ ਵਿੱਚ, ਇਸ ਪਿੰਡ ਦੇ ਵਿੱਚ ਵੀ ਲਾਇਬ੍ਰੇਰੀ ਹੈਗੀ ਹੈ ਨਾ, ਕਿੰਨੇ ਕੁ ਜਾ ਕੇ ਪੜ੍ਹ ਕੇ ਆਉਂਦੇ ਹੋ? ਨਹੀਂ ਪੜ੍ਹਦੇ, ਕੋਈ ਹੱਥ ਨਹੀਂ ਉੱਠਿਆ, ਥੋੜੇ ਬਜ਼ੁਰਗ ਪੜ੍ਹਦੇ ਨੇ, ਨੌਜਵਾਨਾਂ ਦੇ ਬਈ ਉਹ ਕਿਤਾਬਾਂ ਨੂੰ ਪਈਆਂ ਨੂੰ ਲੱਗਿਆ ਮਿਲਣਾ ਉੱਥੇ ਰੱਖੀਆਂ ਨੂੰ ਜਿਹੜੀ ਉਹ ਖਾ ਜਾਂਦੀ ਆ ਸਿਉਂਖ ਵਗੈਰਾ, ਤੇ ਪੜ੍ਹਨਾ ਪੜ੍ਹਨਾ ਭਰਾਵੋ ਅਸੀਂ ਭੁੱਲ ਜਾਂਦੇ ਹਾਂ। ਸੋ ਇੱਕ ਗੱਲ ਮੈਂ ਵਾਰ ਵਾਰ ਹਰ ਸਟੇਜ ਤੇ ਕਹਿਣਾ ਹੁੰਦਾ, ਉਹ ਹੈ ਸਾਡੀ ਮਾਂ ਬੋਲੀ ਪੰਜਾਬੀ, ਕਿਉਂਕਿ ਜਵਾਨ ਜਿਉਂਦੀ ਰਹੂਗੀ ਤਾਂ ਪੰਜਾਬੀ ਜਿਉਂਦੇ ਰਹਿਣਗੇ। ਜਵਾਨ ਦੇ ਨਾਲ ਬੜਾ ਕੁਛ ਜਿਹੜਾ ਹੁੰਦਾ, ਇਹ ਨਹੀਂ ਵੀ ਜਵਾਨ ਇਕੱਲੀ ਬੋਲਚਾਲ ਦਾ ਵਿਸ਼ਾ ਹੀ ਹੁੰਦਾ, ਜਵਾਨ ਦੇ ਨਾਲ ਜਦੋਂ ਇੱਕ ਜਵਾਨ ਮਰਦੀ ਹੈ ਨਾ ਕਿਸੇ ਕੌਮ ਦੀ, ਉਹਦਾ ਸੱਭਿਆਚਾਰ ਦਾ ਵਿਰਸਾ, ਉਹਦਾ ਇਤਿਹਾਸ, ਉਹਦੇ ਧਾਰਮਿਕ ਗ੍ਰੰਥ ਨੇ ਜਿਹੜੇ, ਉਹ ਸਾਰਾ ਕੁਛ ਹੀ ਖਤਮ ਹੋ ਜਾਂਦਾ। ਇਹ ਬਹੁਤ ਵੱਡੀ ਸਾਡੇ ਨਾਲ ਸਾਜਿਸ਼ ਜਿਹੜੀ ਸਾਡੀ ਜਵਾਨ ਪ੍ਰਤੀ ਕੀਤੀ ਜਾ ਰਹੀ ਹੈ, ਵੱਖ ਵੱਖ ਸੂਬਿਆਂ ਦੇ ਵਿੱਚੋਂ, ਜੰਮੂ ਕਸ਼ਮੀਰ ਦੇ ਵਿੱਚੋਂ, ਰਾਜਸਥਾਨ ਦੇ ਵਿੱਚੋਂ, ਹਰਿਆਣੇ ਦੇ ਵਿੱਚੋਂ ਪੰਜਾਬੀ ਖਤਮ ਕਰ ਦਿੱਤੀ ਗਈ। ਇੱਥੇ ਹੁਣ ਪੰਜਾਬ ਦੇ ਵਿੱਚ ਜ਼ੋਰ ਲੱਗਿਆ ਹੋਇਆ ਹੈ, ਸਾਡੇ ਲੋਕਾਂ ਦਾ ਜ਼ੋਰ ਇਹ ਲੱਗਿਆ ਹੋਇਆ ਵੀ ਸਾਡਾ ਜਵਾਕ ਵੱਧ ਤੋਂ ਵੱਧ ਅੰਗਰੇਜ਼ੀ ਪੜ੍ਹਨਾ ਚਾਹੀਦਾ। ਮੇਰੀਆਂ ਮਾਵਾਂ ਭੈਣਾਂ ਬੈਠੀਆਂ ਨੇ, ਇਹ ਜ਼ਿਆਦਾ ਖੁਸ਼ ਹੁੰਦੀਆਂ ਨੇ, ਘਰ ਵਾਲੇ ਨਾਲ ਲੜ ਵੀ ਪੈਂਦੀਆਂ ਨੇ ਕਿ ਨਹੀਂ ਸਾਡੇ ਜਵਾਕ ਨੂੰ ਜੇ ਘਰੇ ਆ ਕੇ ਉਹਨੂੰ ਆਹ ਪੁੱਤ ਹੈੱਡ ਹੁੰਦਾ, ਆਹ ਨੋਜ ਹੁੰਦਾ, ਆਈ ਹੁੰਦੀ ਹੈ, ਆਹ ਸਾਡਾ ਬੱਚਾ ਸਿੱਖੂਗਾ। ਦੇਖੋ ਜਦੋਂ ਸਾਡੇ ਜਵਾਕ ਨੇ
ਹੈਡ ਨੂੰ ਜਿਹੜਾ ਸਿਰ ਹੈ ਸਿਰ ਨੂੰ ਹੈਡ ਕਹਿਣਾ ਤਾਂ ਸਿਰ ਦੀਜਾ ਕਾਨ ਨਾ ਕੀਜਾ ਉਹਨੂੰ ਪਤਾ ਨਹੀਂ ਲੱਗਣਾ ਅੱਗੇ ਜਾ ਕੇ ਕਿ ਸਿਰ ਦੀਜਾ ਕਾਨ ਨਾ ਕੀਜਾ ਇਹਦੀ ਕੀ ਮਹੱਤਤਾ। ਇਸ ਤਰੀਕੇ ਨਾਲ ਕੌਮਾਂ ਮਰਦੀਆਂ ਨੇ। ਅਸੀਂ ਇਸ ਗੱਲ ਦੇ ਖਿਲਾਫ ਨਹੀਂ ਅੰਗਰੇਜ਼ੀ ਨਾ ਪੜ੍ਹੋ, ਅੰਗਰੇਜ਼ੀ ਪੜ੍ਹੋ, ਹਿੰਦੀ ਅਰਬੀ ਜੋ ਮਰਜ਼ੀ ਪੜ੍ਹਨੀ ਚਾਹੀਦੀ ਹੈ, ਸਾਰੀਆਂ ਜ਼ਬਾਨਾਂ ਸਾਨੂੰ ਆਉਣੀਆਂ ਚਾਹੀਦੀਆਂ ਨੇ। ਪਰ ਜਦੋਂ ਮਾਂ ਬੋਲੀ ਨਾਲ ਟੁੱਟਦੇ ਹਾਂ ਨਾ, ਆਮ ਤੌਰ ਤੇ ਸਾਡੇ ਵਿੱਚ ਇੱਕ ਭਰਮ ਪੈਦਾ ਕੀਤਾ ਗਿਆ ਕਿ ਪੰਜਾਬੀ ਜ਼ਬਾਨ ਅਨਪੜ੍ਹਾਂ ਦੀ ਜ਼ਬਾਨ ਹੈ, ਪੇਂਡੂਆਂ ਦੀ ਜ਼ਬਾਨ ਹੈ, ਗਵਾਰਾਂ ਦੀ ਜ਼ਬਾਨ ਹੈ। ਇਹਦੇ ਵਿੱਚ ਬਹੁਤ ਕੋਈ ਉੱਚ ਕੋਟੀ ਦਾ ਇਤਿਹਾਸ ਨਹੀਂ ਲਿਖਿਆ ਗਿਆ, ਕੋਈ ਸਾਹਿਤ ਨਹੀਂ ਰਚਿਆ ਗਿਆ। ਜਿਹੜੀ ਜ਼ਬਾਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਿੱਡਾ ਮਹਾਨ ਫਲਸਫਾ ਰਚਿਆ ਗਿਆ ਹੋਵੇ, ਉਹ ਜ਼ਬਾਨ ਕਿਵੇਂ ਗਰੀਬ ਹੋ ਸਕਦੀ ਹੈ? ਜਿਹੜੀ ਜ਼ਬਾਨ ਦੇ ਵਿੱਚ UNO ਦੇ ਵਿੱਚ ਪਰਚਾ ਪੜਿਆ ਜਾਂਦਾ ਹੋਵੇ, ਜਿਹੜੀ ਜ਼ਬਾਨ ਦੇ ਵਿੱਚ ਬੰਬੇ ਫਿਲਮਾਂ ਬਣਦੀਆਂ ਹੋਣ, ਜਿਹੜੀ ਜ਼ਬਾਨ ਦੇ ਵਿੱਚ ਹਾਲੀਵੁੱਡ ਦੇ ਵਿੱਚ ਇੱਕ ਨਾਵਲ ਦੇ ਉੱਤੇ ਪੰਜਾਬੀ ਦੇ ਉੱਤੇ ਫਿਲਮ ਬਣੀ ਹੈ, ਉਹ ਜ਼ਬਾਨ ਕਿਵੇਂ ਗਰੀਬ ਹੋ ਸਕਦੀ ਹੈ? ਉਹ ਜ਼ਬਾਨ ਕਿਵੇਂ ਮਾੜੀ ਹੋ ਸਕਦੀ ਹੈ? ਅਸੀਂ ਕਿੰਨੇ ਕੁ ਜਿਹੜੇ ਇਸ ਗੱਲ ਨੂੰ ਲੈ ਕੇ ਚਿੰਤਤ ਹੈ, ਆਪਣੇ ਬੱਚਿਆਂ ਨੂੰ ਘਰਾਂ ਦੇ ਆਇਆ ਪੁੱਛਦੇ ਹਾਂ ਕਿ ਤੁਹਾਨੂੰ ਸਕੂਲਾਂ ਦੇ ਵਿੱਚ ਕੀ ਪੰਜਾਬੀ ਪੜ੍ਹਾਈ ਜਾਂਦੀ ਹੈ, ਕਿਹੋ ਜਿਹਾ ਇਤਿਹਾਸ ਪੜ੍ਹਾਇਆ ਜਾਂਦਾ, ਕੋਈ ਮਿਥਿਹਾਸ ਤਾਂ ਨਹੀਂ ਪੜ੍ਹਾਇਆ ਜਾਂਦਾ? ਆ ਜਿੰਨੇ ਸਰਬ ਹਿਤਕਾਰੀ ਸਕੂਲ ਹੈ ਸਾਰੇ RS ਦੇ ਸਕੂਲ ਹੈ, ਸਾਰੇ ਉੱਥੇ ਹਵਨ ਹੀ ਕਰਾਈ ਜਾਂਦੇ ਹੈ। ਗੁਟਕੇ ਇੱਥੇ ਕੋਈ ਗੁਰਦੁਆਰਾ ਸਾਹਿਬ ਹੈ ਬਾਜਾ ਖਾਨਾ, ਉੱਥੇ ਗੁਟਕੇ ਕੋਈ ਦੇ ਕੇ ਗਿਆ, ਗੁਰਬਾਣੀ ਬਦਲੀ ਪਈ ਹੈ? ਨਹੀਂ ਪਤਾ ਹੈ ਸਾਨੂੰ। ਸਾਡੇ ਕੋਲ ਤਾਂ ਇੱਕੋ ਰੱਟ ਲੱਗੀ ਹੋਈ ਹੈ, ਵੱਡੀ ਕੋਠੀ ਪਾਉਣੀ ਹੈ, ਵੱਡੀ ਗੱਡੀ ਲੈਣੀ ਹੈ, ਚੰਗੇ ਪੈਸੇ ਹੁਣ ਬੈਂਕ ਦੇ ਵਿੱਚ, ਚਿੱਟਾ ਕੁੜਤਾ ਪਜਾਮਾ ਪਾਇਆ ਹੋਵੇ, ਤੜਕੇ ਨਿਕਲ ਜਾ ਕੇ ਹੱਥ ਨੇ ਕਿਸੇ ਵੱਡੇ 5-star ਹੋਟਲ ਢਾਬੇ ਤੇ ਖਾਣਾ ਖਾ ਕੇ ਅੱਗੇ ਜਵਾਕਾਂ ਨੂੰ ਲੈ ਕੇ ਸ਼ਿਮਲੇ ਹਿਮਾਚਲ ਕੁੱਲੂ ਮਨਾਲੀ ਘੁੰਮਣ ਚਲੇ ਜਾਈਏ, ਜਾਂ ਫਿਰ ਹੋਰ ਹੈ ਕੈਨੇਡਾ ਭੱਜ ਗਏ, ਫੈਲ ਲੱਗੀ ਹੋਈ ਹੈ। ਜੇ ਪਹਿਲਾਂ ਰਵਿੰਦਰ ਬੋਲ ਕੇ ਗਿਆ ਨਾ, ਅਸੀਂ ਇੱਥੇ ਬਹੁਤ ਡਰਦੇ ਹਾਂ ਫੇਰ ਪਰਚਾ ਨਾ ਹੋ ਜੇ, ਅਸੀਂ ਕਿੱਧਰ ਜਾਵਾਂਗੇ, ਕੀ ਲੈਣਾ ਦਿੱਲੀ ਜਾ ਕੇ, ਮੇਰੀ ਫਾਈਲ ਲੱਗੀ ਹੋਈ ਹੈ, ਮੇਰੀ ਇੰਟਰਵਿਊ ਆਈ ਹੋਈ ਹੈ, ਮੇਰੇ ਘਰ ਵਾਲੀ ਬਾਹਰ ਬੈਠੀ ਹੈ, ਮੈਂ ਇਕੱਲਾ ਹੀ ਇੱਥੇ ਹਾਂ, ਫਿਰ ਕਿਵੇਂ ਲੜੂਗਾ ਪੰਜਾਬ? ਮੈਂ ਕਹਿੰਦਾ ਹੁੰਦਾ, ਮੈਂ ਤਾਂ ਖੈਰ ਕਦੇ ਗਿਆ ਨਹੀਂ, ਜਾ ਵੀ ਨਹੀਂ ਸਕਦਾ, ਕਿਉਂਕਿ ਪਰਚੇ ਪੁਰਚੇ ਕਈ ਹੈ, ਪਾਸਪੋਰਟ ਵੀ ਹੈ ਨਹੀਂ। ਬਹੁਤ ਸੱਜਣ ਤੁਸੀਂ ਇੱਥੇ ਬੈਠੇ ਹੋ ਜਿਹੜੇ ਬਾਹਰਲੇ ਮੁਲਕਾਂ ਤੋਂ, ਕਰਮਿਆ ਮੈਨੂੰ ਨਿਗਾਹ ਪਿਆ, ਕਰਮਾ ਚੱਕਰ ਦੀ ਧਰਤੀ ਦਾ ਮਹਾਨ ਕਬੱਡੀ ਖਿਡਾਰੀ ਹੋਇਆ, ਕਰਮੇ ਵਰਗੇ ਗੇੜੇ ਲਾ ਕੇ ਆਏ ਆ, ਜਾਂ ਹੋਰ ਸੱਜਣ ਇੱਥੇ ਜਿਹੜੇ ਜਾ ਕੇ ਆਏ ਹੋ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ, ਇੱਥੋਂ ਨਾਲ ਦੀ ਧਰਤੀ, ਇੱਥੋਂ ਨਾਲ ਦੀ ਵੰਨਗੀ, ਇੱਥੋਂ ਨਾਲ ਦੀਆਂ ਰੁੱਤਾਂ, ਇੱਥੋਂ ਨਾਲ ਦੇ ਮੌਸਮ, ਇੱਥੋਂ ਨਾਲ ਦੇ ਲੋਕ ਨਹੀਂ ਮਿਲਦੇ। ਬਾਹਰ ਜਾਂਦੇ ਨੇ, ਕਈ ਸੱਜਣ ਮੈਨੂੰ ਫੋਨ ਕਰਦੇ ਨੇ ਜਿਨ੍ਹਾਂ ਨੂੰ 40-40 ਸਾਲ ਹੋ ਗਏ ਬਾਹਰਲੇ ਮੁਲਕਾਂ 'ਚ ਬੈਠਿਆਂ ਨੂੰ, ਫੋਨ ਕਰਕੇ ਪਹਿਲਾਂ 20-25 ਮਿੰਟ ਰੋਂਦੇ ਆ, ਫਿਰ ਗੱਲ ਸ਼ੁਰੂ ਕਰਦੇ ਆ। ਤਾਂ ਮੈਂ ਪੁੱਛਦਾ ਹੁੰਦਾ ਵੀ ਰੋਂਦੇ ਕਿਉਂ ਆ? ਉਹ ਕਹਿੰਦੇ ਯਾਰ, ਅਸੀਂ ਇੱਥੇ ਆ ਕੇ ਪੈਸਾ ਤਾਂ ਕਮਾ ਲਿਆ, ਪਰ ਬਾਕੀ ਸਾਰਾ ਕੁਛ ਹੀ ਗਵਾ ਲਿਆ। ਪੈਸਾ ਜ਼ਿੰਦਗੀ ਨਹੀਂ ਹੈ, ਪੈਸਾ ਸਾਨੂੰ ਸਕੂਨ ਨਹੀਂ ਦੇ ਸਕਦਾ, ਉਹ ਖੁਸ਼ੀ ਨਹੀਂ ਦੇ ਸਕਦਾ ਜਿਹੜੀ ਅਸਲ ਮਨੁੱਖ ਨੂੰ ਚਾਹੀਦੀ ਹੈ, ਉਹ ਸਾਨੂੰ ਇਸ ਧਰਤੀ ਤੇ ਰਹਿ ਕੇ ਮਿਲਦੀ ਹੈ। ਬਾਹਰ ਗਵਾਂਢੀ ਨੂੰ ਗਵਾਂਢੀ ਨਹੀਂ ਜਾਣਦਾ ਹੁੰਦਾ ਵੀ ਕੌਣ ਰਹਿ ਰਿਹਾ, ਹਰ ਬੰਦਾ ਕੰਮ ਤੱਕ ਸੀਮਿਤ ਹੈ, ਸਵੇਰੇ ਕੰਮ ਤੇ ਫਿਰ ਕੰਮ ਤੋਂ ਵਾਪਸ, ਘਰ ਵਾਲੀ ਰਾਤ ਨੂੰ ਦਿਨੇ ਜਾਂਦੀ ਹੈ, ਬੰਦਾ ਰਾਤ ਨੂੰ ਜਾਂਦਾ ਹੁੰਦਾ, ਜਾਂ ਟਰੱਕ ਲੈ ਕੇ 15-15, 20-20 ਦਿਨਾਂ ਬਾਅਦ ਮੁੜਦੇ ਨੇ, ਉੱਥੋਂ ਦੀ ਕਮਾਈ ਕੀਤੀ ਹੋਈ ਉੱਥੇ ਲੱਗੀ ਜਾਂਦੀ ਹੈ, ਖੂਹ ਦੀ ਮਿੱਟੀ ਖੂਹ 'ਚ ਹੀ ਪਈ ਜਾਂਦੀ ਹੈ। ਉੱਥੇ ਕਦੇ ਘਰ ਦੀ ਕਿਸ਼ਤ ਆ ਗਈ, ਕਦੇ ਗੱਡੀ ਦੀ ਕਿਸ਼ਤ ਆ ਗਈ, ਕਦੇ ਹੋਰ ਖਰਚੇ ਆ ਗਏ, ਆਹ ਹਾਲਾਤ ਹੋਏ ਨੇ ਲੋਕਾਂ ਦੇ ਸਾਡੇ। ਅਗਲੀ ਦੁਬਧਾ ਪਤਾ ਕੀ ਹੈ, ਮੁੰਡਾ ਬਾਹਰ ਬੈਠਾ ਹੁੰਦਾ ਹੈ, ਨੂੰਹ ਬਾਹਰ ਬੈਠੀ ਹੁੰਦੀ ਹੈ, ਬੰਦਾ ਇੱਥੇ ਬੈਠਾ ਹੁੰਦਾ, ਬਾਹਰ ਚਲਿਆ ਜਾਂਦਾ ਹੈ। ਕਈ ਬੰਦਿਆਂ ਨਾਲ ਮੇਰੀਆਂ ਗੱਲਾਂ ਹੁੰਦੀਆਂ ਨੇ ਕਿ ਬਾਹਰੋਂ ਯਾਰ ਮਸਾਂ ਨਿਕਲ ਕੇ ਆਏ ਹੈ, ਪਰ ਉਹ ਦੁਬਧਾ 'ਚ ਕਿਵੇਂ ਹੁੰਦਾ, ਜਵਾਕ ਬਾਹਰ ਹੁੰਦੇ ਆ, ਆਪ ਇੱਥੇ ਹੁੰਦਾ, ਉੱਧਰ ਜੀ ਨਹੀਂ ਲੱਗਦਾ, ਇੱਧਰ ਰਹਿ ਨਹੀਂ ਸਕਦਾ ਇਕੱਲਾ, ਬੰਦਾ ਜਾਊ ਤੇ ਜਾਊ ਕਿੱਥੇ ਯਾਰ?
ਇਸ ਮਾਰ ਦੇ ਵਿੱਚ ਵੀ ਅਸੀਂ ਪਿਸ ਰਹੇ ਹਾਂ ਪੰਜਾਬੀਆਂ ਜਿਹੜੇ। ਸੋ ਭਰਾਵੋ ਗੱਲਾਂ ਬਥੇਰੀਆਂ ਨੇ, ਮੈਂ ਕਈ ਦੋ ਥਾਈ ਅੱਗੇ ਹੋਰ ਜਾਣਾ, ਇਸ ਕਰਕੇ ਮੈਂ ਪਹਿਲਾਂ ਸਮਾਂ ਲਿਆ। ਅੱਗੇ ਮੈਥੋਂ ਬੁਲਾਰਿਆਂ ਨੇ ਹਰਪ ਚੀਮਾ ਬੈਠਾ, ਗੱਲਾਂ ਵੜੈਚ ਬੈਠਾ, ਮੁੰਡਾ ਖੋਸੇ ਵਾਲਾ ਬੈਠਾ, ਹੋਰ ਕਈ ਬੁਲਾਰੇ ਬੈਠੇ ਨੇ, ਉਹਨਾਂ ਨੇ ਬੋਲਣਾ, ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਨੇ। ਪਰ ਮੈਨੂੰ ਦੁੱਖ ਇਸ ਗੱਲ ਦਾ, ਮੈਂ ਵਾਰ ਵਾਰ ਕਿਉਂ ਕਿੰਤੂ ਕਰ ਰਿਹਾ ਕਿ ਆਲੇ ਦੁਆਲੇ ਤੁਹਾਡੇ ਡੇਰੇ ਬਹੁਤ ਨੇ, ਖਾਸ ਕਰਕੇ ਮਾਤਾ ਭੈਣਾਂ ਸਾਡੀਆਂ, ਇਸ ਗੱਲ ਵੱਲੋਂ ਅਸੀਂ ਗੁਰੇਜ਼ ਕਰੀਏ ਕਿ ਅਸੀਂ ਜਦੋਂ ਡੇਰਾਵਾਦ ਦੇ ਵਿੱਚ ਪੈਂਦੇ ਹਾਂ। ਹੁਣ ਕਿਸੇ ਨੇ ਬੜਾ ਸੋਹਣਾ ਲਿਖਿਆ, ਕਹਿੰਦਾ ਇੱਕ ਤਾਂ ਦੁਨੀਆਂ ਦਾ ਰੱਬ ਜਿਹੜਾ ਹੈਗਾ ਉਹ ਫਰਿੱਜ 'ਚ ਲੱਗਿਆ ਹੋਇਆ, ਉਹ ਕਿਹੜਾ ਨੂਰਮਹਿਲ ਵਾਲਾ ਹਨਾ ਲੱਗਿਆ ਹੋਣਾ, ਕਈ ਸਾਲ ਹੋ ਗਏ ਉਹਨੂੰ ਫਰਿੱਜ 'ਚ ਰੱਖੀ ਬੈਠੇ ਆ। ਸੋ ਕਮਾਲ ਦਾ ਯਾਰ ਇੱਥੋਂ ਹਿਸਾਬ ਕਿਤਾਬ ਹੈ ਇਸ ਮੁਲਕ ਦਾ, ਨਾ ਕੋਈ ਸਰਕਾਰ ਇਸ ਗੱਲ ਨੂੰ ਤਰਜੀਹ ਦਿੰਦੀ ਹੈ, ਭਾਈ ਕੱਢ ਕੇ ਫੂਕ ਦਿਓ, ਇਹ ਜੋ ਹੈ ਕੀ ਹੈ, ਉਹ 4-5 ਸਾਲ ਦਾ ਫਰਿੱਜ 'ਚ ਲੱਗਿਆ ਹੋਇਆ ਇੱਕ ਰੱਬ ਹੈ, ਇੱਕ ਰੱਬ ਉਧਰ ਸਰਸੇ ਵਾਲਾ ਕਹਿੰਦੇ ਜੇਲ੍ਹ 'ਚ ਬੈਠਾ, ਇੱਕ ਰੱਬ ਕਹਿੰਦੇ ਆ ਵਕੀਲ ਭਾਲ ਦਾ ਪਰਦਾ ਜਿਹੜਾ ਬਿਆਸ ਵਾਲਾ, ਇਹ ਜ਼ਮੀਨਾਂ ਜ਼ਮੂਨਾਂ ਇੱਥੇ ਕਹਿੰਦੇ ਖਾਸੀਆਂ ਦੱਬੀਆਂ ਕੇਸ ਕੂਸ ਦੇ ਕਈ ਚੱਲਦੇ ਆ, ਇੱਕ ਹੋਣਾ ਰੱਬ ਤੁਹਾਡੇ ਨੇੜੇ ਵਾਲਾ ਜਿਹੜਾ ਅਕਾਲਾ, ਇਹ ਵੀ ਆਪਦੇ ਹੁਣ ਭਾਣਜੇ ਨੂੰ ਸੁਣਾਉਣ ਦੀ ਕੋਸ਼ਿਸ਼ ਕਰੂਗਾ, ਕਦੇ ਪੈਰਾਂ ਪੁਰਾਂ 'ਚ ਡਿੱਗੂਗਾ ਜਾ ਕੇ। ਤੇ ਸਾਡੀ ਦੁਨੀਆਂ ਨੂੰ ਆ ਲੋਕਾਂ ਨੂੰ ਕਿਉਂ ਨੀ ਸਮਝ ਆਉਂਦੀ, ਤੁਹਾਡੇ ਬਣਾਏ ਹੋਏ ਰੱਬ ਨੇ ਜਿਹੜੇ ਆ ਜਿਹੜੇ ਬਾਬੇ ਸਾਧ ਜਿਹੜੇ ਆ ਲਾਣਾ ਜਿਹੜਾ ਠੱਗਾਂ ਦਾ, ਇਹ ਕੋਈ ਜੇਲ੍ਹਾਂ 'ਚ ਬੈਠਾ, ਕੋਈ ਫਰਿੱਜਾਂ 'ਚ ਬੈਠਾ, ਕੋਈ ਕਿਤੇ ਬੈਠਾ, ਕੋਈ ਕਿਤੇ ਬੈਠਾ, ਇਹਨਾਂ ਨੂੰ ਭੱਜ ਡੱਪੀ ਪਈ ਹੈ, ਉਹ ਤੁਸੀਂ ਇਹਨਾਂ ਲੋਕੋ ਕੀ ਭਾਲਦੇ ਇਹਨਾਂ ਲੋਕਾਂ ਕੋਲੋਂ, ਜਾ ਕੋਈ ਅਮਲ ਹੋ ਰਿਹਾ ਕਿ ਗੱਲੀਆਂ ਗੱਲਾਂ ਸੁਣ ਕੇ ਬਸ ਹੱਸ ਜੇ ਛੱਡਦੇ ਹੋ, ਲੱਗਦਾ ਇਸ ਤੋਂ ਬਾਅਦ ਇਹ ਗੱਲਾਂ 'ਤੇ ਅਮਲ ਕਰੋਗੇ ਵੀ ਅਸੀਂ ਮੜੀਆਂ ਮੁੜੀਆਂ ਨਹੀਂ ਪੁੱਜਣੀਆਂ ਬਈ। ਹੁਣ ਮੜੀਆਂ ਵਾਲੀ ਗੱਲ ਸੁਣਾਉਣਾ ਮੈਂ, ਮੇਰੀ ਬੇਬੇ ਸਰਪੰਚ ਬਣ ਗਈ, ਲੈ ਲਾ ਵੀ 5 ਮਿੰਟ, ਮੇਰੀ ਬੇਬੇ ਸਰਪੰਚ ਬਣ ਗਈ ਤੇ ਕੰਮ ਕਾਰ ਮੈਂ ਦੇਖਦਾ ਸੀਗਾ ਪਿੰਡ ਦੇ, ਤੇ ਮੇਰੇ ਪਿੰਡ ਦੇ ਵਿੱਚ ਸਿਵਿਆਂ ਦੇ ਵਿੱਚ ਨਾ ਬਹੁਤ ਐਡੀਆਂ ਮੱਟੀਆਂ ਜੀਆਂ ਬਣਾਈਆਂ ਹੋਈਆਂ, ਤੇ ਮੈਂ ਸਾਰੀਆਂ ਇਕੱਠੀਆਂ ਕਰਕੇ ਕੜਾਹ ਪਾ ਕੇ ਸਾਰੀਆਂ ਇਕੱਠੀਆਂ ਕਰਕੇ ਉਟਾਤੀਆਂ। ਲੋਕਾਂ ਨੇ ਇਤਰਾਜ਼ ਕੀਤਾ ਵੀ ਅਰੇ ਤੂੰ ਕੀ ਕੰਮ ਕੀਤਾ, ਮੈਂ ਇਹ ਫਾਇਦਾ ਕੀ ਹੈ, ਬੰਦਾ ਫੁੱਕਣ ਨੂੰ ਥਾਂ ਨਹੀਂ ਹੈਗਾ, ਤੁਸੀਂ ਸਾਰੇ 4 ਸਪਰੇ ਸਿਵਿਆਂ ਦੇ ਆਹ ਮੱਟੀਆਂ ਜੀਆਂ ਬਣਾਤੀਆਂ। ਕੁਦਰਤੀ ਕੀ ਹੋਇਆ ਕਿ ਉਦੋਂ ਹਫ਼ਤੇ ਕੁ ਬਾਅਦ ਮੇਰੇ ਗੋਲੀਆਂ ਵੱਜ ਜਾਂਦੀਆਂ ਨੇ ਤੇ ਮੈਂ DMC ਦਾਖਲ ਹੋ ਜਾਂਦਾ, ਤੇ ਮੇਰੀ ਬੇਬੇ ਕੋਲੇ ਮੇਰੇ ਪਿੰਡ ਦੀਆਂ ਸਾਰੀਆਂ ਬੁੜੀਆਂ ਫੜਾ ਲੈਣ ਆਉਂਦੀਆਂ ਨੇ, ਤਾਂ ਮੇਰੀ ਬੇਬੇ ਨੂੰ ਕਹਿੰਦੀਆਂ ਲੈ ਦੇਖ ਲਾ ਲੱਖੇ ਨੇ ਮੜੀਆਂ ਢਾਈਆਂ ਸੀ ਸਾਡੀਆਂ ਮੱਟੀਆਂ ਤਾਂ ਆਹ ਕੁਛ ਹੋ ਗਿਆ। ਜਾਣੇ ਅਸੀਂ ਸਾਡੀ ਮਾਨਸਿਕਤਾ ਜਿਹੜੀ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ। ਮੈਂ ਪਹਿਲਾਂ ਬੋਲਿਆ ਕਿ ਰਾਜ ਕਰਨ ਵਾਲੀ ਕੌਮ ਅੱਜ ਮਾਨਸਿਕਤਾ ਦੇ ਵਿੱਚ ਗੁਲਾਮੀ ਭਰ ਦਿੱਤੀ ਗਈ, ਸਾਨੂੰ ਜਚਾ ਹੀ ਦਿੱਤਾ ਗਿਆ, ਬਣਾ ਹੀ ਇਹੋ ਜਿਹਾ ਦਿੱਤਾ ਗਿਆ ਵੀ ਤੁਸੀਂ ਡੇਰਿਆਂ ਮਗਰ ਤੁਰੇ ਫਿਰੋ ਜੀ, ਤੁਸੀਂ ਸਾਧਾਂ ਮਗਰ ਤੁਰੇ ਫਿਰੋ ਜੀ, ਮੜੀਆਂ ਦਸਵੀਆਂ ਗਿਆਰਵੀਆਂ ਪੂਜਦੇ ਫਿਰੋ ਜੀ। ਉਹ ਮੈਂ ਗੱਲ ਵਿੱਚ ਰਹਿ ਗਈ ਲੋਕਾਂ ਵਾਲੇ ਸਾਹਿਬ ਦੀ, ਉਹ ਮੈਨੂੰ ਜਾਂਦਾ ਜਾਂਦਾ ਕਹਿੰਦਾ ਕਹਿੰਦਾ ਯਾਰ ਸੰਤ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਮੈਂ ਕਿਹਾ ਬਾਬਾ ਜੀ ਸੰਤ ਦੀ ਪਰਿਭਾਸ਼ਾ ਪਤਾ ਕੀ ਹੁੰਦੀ ਹੈ, ਤਾਂ ਚੁੱਪ ਕਰਕੇ ਲੰਘ ਗਿਆ, ਸੰਤ ਸਮਝ ਹੀ ਜਾਂਦੇ ਆਪਣੇ ਆਪ ਨੂੰ ਯਾਰ। ਤਾਂ ਮੈਂ ਜ਼ਿਆਦਾ ਤਾਂ ਇਸ ਗੱਲ ਤੇ ਤਾਂ ਰੱਖ ਰਿਹਾ ਕਿ ਮਾੜਾ ਮੋਟਾ ਮੈਂ ਚੱਕਰ 'ਚ ਆਇਆ ਤੇ ਆਲੇ ਦੁਆਲੇ ਥੋੜਾ ਇੱਕ ਵਧਣੀ ਵਾਲਾ ਇੱਥੇ ਨੇੜੇ ਬਾਬਾ, ਫਿਰ ਪਿਛਲੇ ਸਾਲ ਕਦੇ ਜ਼ਮੀਨ ਹੀ ਦੱਬਣ ਲੱਗ ਜਾਏਗੀ ਇਹਦੀ, ਹੁਣ ਹੱਸ ਪਏ ਪਤਾ ਨਹੀਂ। ਇਹ ਗੱਲਾਂ ਕਰਨੀਆਂ ਨੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਰਾਜਨੀਤਿਕ ਇਨਕਲਾਬ ਲੈ ਗਏ, ਦੁਨੀਆ ਬਦਲ ਗਏ। ਨਹੀਂ ਯਾਰ, ਪਹਿਲਾਂ ਆਪਣੇ ਆਪ ਨੂੰ ਬਦਲ ਗਏ। ਸਮਾਜਿਕ ਇਨਕਲਾਬ ਬਹੁਤ ਜ਼ਰੂਰੀ ਆ, ਸ਼ੁਰੂਆਤ ਅਸੀਂ ਆਪਣੇ ਆਪ ਤੋਂ ਕਰਨੀ, ਆਪਣੇ ਘਰਾਂ ਤੋਂ ਕਰਨੀ ਹੈ, ਆਪਣੇ ਪਰਿਵਾਰਾਂ ਤੋਂ ਕਰਨੀ ਹੈ, ਫਿਰ ਜਾ ਕੇ ਕਿਤੇ ਬਦਲਾਅ ਆਉਣੇ ਨੇ। ਵੱਡੇ ਬਦਲਾਅ ਦੀ ਅਸੀਂ ਗੱਲ ਕਰਦੇ ਹਾਂ, ਆਪ ਅਸੀਂ ਬਦਲ ਨੂੰ ਤਿਆਰ ਨਹੀਂ। ਗਾਤਰੇ ਸਾਡੇ ਪਾਏ ਹੁੰਦੇ, ਜਾਂਦੇ ਅਸੀਂ ਡੇਰਿਆਂ ਤੇ ਅਮੜੀਆਂ ਪੂਜਦੇ ਫਿਰਦੇ ਹਾਂ, ਫਿਰ ਫਾਇਦਾ ਕੀ? ਗੱਲਾਂ ਅਸੀਂ ਬਹੁਤ ਵੱਡੀਆਂ ਕਰਦੇ ਹਾਂ ਕਿ ਅਸੀਂ ਆਹ ਕਰਦੇ ਹਾਂ, ਕਿ ਅਸੀਂ ਆਹ ਕਰਦੇ ਹਾਂਗੇ। ਸੋ ਇਸ ਕਰਕੇ ਮੇਰਾ ਵੀਰ ਇਸ ਗੱਲ ਨੂੰ ਸਮਝੋ ਯਾਰ, ਬੜਾ ਨੁਕਸਾਨ ਜਿਹੜਾ ਉਹ ਪੰਜਾਬ ਦਾ ਹੋ ਗਿਆ। 26-27 ਤਰੀਕ ਨੂੰ ਪੰਜਾਬ ਦੀਆਂ ਵੱਖ ਵੱਖ ਸਾਂਝ ਜਥੇਬੰਦੀਆਂ ਵੱਲੋਂ
ਵੱਡੇ ਇਕੱਠ ਨੇ ਜਿਹੜੇ ਉਹ ਜਾਣੇ ਆ ਦਿੱਲੀ। ਦੇਖੀ ਧਨੇਰ ਸਾਹਿਬ ਨੇ ਦੱਸਿਆ ਕਿ ਜਿਵੇਂ ਜਿੱਥੇ ਭਾਈ ਉਹਨਾਂ ਨੇ ਰੋਕ ਲਏ ਫਿਰ ਉੱਥੇ ਡੇਰੇ ਲਾ ਲੈਣੇ ਆ, ਉੱਥੇ ਜਾਮ ਹੋ ਜਾਣਗੀਆਂ ਸੜਕਾਂ, ਤੇ ਉਦੇ ਮੇਰਾ ਵੀ ਰਾਇ ਨਾ ਹੋਵੇ ਚੱਕਰਾ ਲਿਓ ਵੀ ਯਾਰ ਛੱਡ ਪਰੇ ਅਸੀਂ ਕੀ ਲੈਣਾ, ਕੋਈ ਗੱਲ ਨਹੀਂ ਹੈ ਪਹਿਲਾਂ ਕਿਹਾ ਫਾਇਲ ਵਾਲਾ ਕੰਮ ਜਾਣਾ ਹੋ ਜੇ, ਜਾਂ ਬੇਬੇ ਕਹਿੰਦੇ ਪੁੱਤ ਤੂੰ ਇਕੱਲਾ ਇਕੱਲਾ ਕੀ ਕਰੇਗਾ, ਇਹੋ ਜਿਹੇ ਹਾਲਾਤ ਨਾ ਮੇਰਾ ਵੀਰ ਬਣ ਜਾਣ। ਤਾਂ ਉੱਥੇ ਵੱਡੀ ਗਿਣਤੀ ਸਾਡੀ ਹੋਣੀ ਚਾਹੀਦੀ ਹੈ। ਇੱਕ ਗੱਲ ਮੈਨੂੰ ਹੋਰ ਚੇਤੇ ਆ ਗਈ, ਰਾਹ ਦੇ ਵਿੱਚ ਮੈਂ ਦੇਖਦਾ ਹੀ ਆਉਣਾ ਹੁੰਦਾ ਜਿੱਥੇ ਕਿਤੇ ਕੋਈ ਹਾਲਾਤ ਇਹੋ ਜਿਹੇ ਦੇਖਦੇ ਨੇ, ਰੁਕ ਕੇ ਅਸੀਂ ਪੁੱਛ ਵੀ ਲੈਂਦੇ ਹੁੰਦੇ ਹਾਂ, ਆਪਾਂ ਆਲੂ ਬੀਜ ਰਹੇ ਹਾਂ, ਬੀਜ ਰਹੇ ਹਾਂ ਨਾ, ਆਲੂ ਬੀਜ ਰਿਹਾ, ਇਹ ਏਰੀਆ ਵੀ ਬੀਜਦਾ, ਸਾਡਾ ਵੀ ਕੁਛ ਏਰੀਆ ਬੀਜਦਾ। ਤਾਂ ਆਲੂਆਂ ਦੇ ਵਿੱਚ ਮੈਂ ਦੇਖ ਰਿਹਾ ਕਿ 10-10 8-8 ਗੱਟੇ ਨੇ ਜਿਹੜੇ DAP ਯੂਰੀਆ ਫਾਸਫੋਰਸ ਜ਼ਿੰਕ ਦੇ ਪਾਏ ਜਾ ਰਹੇ, ਪਾਉਂਦੇ ਕਿ ਨਹੀਂ ਪਾਉਂਦੇ ਵੀ। ਗੋਭੀ ਦੇ ਵਿੱਚ ਘੋਲੀਆ ਪਿੰਡ ਬਹੁਤ ਗੋਭੀ ਬੀਜਦਾ ਹੈ, ਗੋਭੀ ਦੇ ਵਿੱਚ 18-18 15-15 ਗੱਟੇ ਯੂਰੀਆ DAP ਦੇ ਦੱਸੇ ਜਾ ਰਹੇ ਆ। ਸ਼ਿਮਲਾ ਮਿਰਚ ਦੇ ਵਿੱਚ 25-25 ਗੱਟੇ ਦੱਸ ਰਹੇ ਨੇ ਕਿ ਯੂਰੀਆ DAP ਦੇ ਪੈ ਜਾਂਦੇ ਆ, ਇਹ ਹੋ ਰਿਹਾ ਨਾ ਖਾ ਰਹੇ ਆ। ਕਿਸੇ ਬੰਦੇ ਨੂੰ ਸਲਾਹ ਦੇ ਦਿਓ ਵੀ ਜੈਵਿਕ ਖੇਤੀ ਕਰ ਲਿਓ ਭਾਈ, ਬਿਨਾਂ ਰੇਹ ਸਪਰੇਅ ਤੋਂ ਖੇਤੀ ਕਰ ਲਓ, ਆਪਣੇ ਜੋਗਰੀ ਕਰ ਲਓ। ਹੁਣ ਬਾਹਲੇ ਬੰਦੇ ਕੀ ਕਰਦੇ ਨੇ ਜਿਹਨਾਂ ਦੇ ਜਿਹੜੇ ਮਾੜੇ ਮੋਟੇ ਗੁੰਜਾਇਸ਼ ਹੈ, ਕੋਈ ਰਾਜਸਥਾਨ ਤੋਂ ਕਣਕ ਮੰਗਾ ਲੈਂਦਾ, ਕੋਈ ਮੱਧ ਪ੍ਰਦੇਸ਼ ਤੋਂ ਕਣਕ ਮੰਗਾ ਲੈਂਦਾ, ਉਹ ਮੈਨੂੰ ਕਹਿੰਦੇ ਕਣਕ ਤਾਂ ਅਸੀਂ ਬਾਹਰੋਂ ਮੰਗਾ ਕੇ ਖਾਂਦੇ ਹਾਂ। ਮੈਂ ਕਣਕ ਖਾ ਲਓਗੇ, ਬਾਕੀ ਤੁਹਾਡੀਆਂ ਜਿਹੜੀਆਂ ਫਸਲਾਂ ਨੇ, ਤੁਸੀਂ ਸਬਜ਼ੀ ਖਾਂਦੇ ਹੋ, ਤੁਸੀਂ ਪਸ਼ੂਆਂ ਨੂੰ ਪੱਠੇ ਪਾਉਂਦੇ ਹੋ, ਉਹ ਵੀ ਤਾਂ ਜ਼ਹਿਰ ਵਾਲੇ ਨੇ, ਪਾਣੀ ਸਾਡਾ ਜ਼ਹਿਰੀਲਾ ਹੋ ਗਿਆ। ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਹੋਰ ਜਵਾਬ ਦਿਓ, ਮੈਨੂੰ ਦੁੱਖ ਲੱਗਦਾ ਇਹਨਾਂ ਗੱਲਾਂ ਦਾ। ਮੈਂ ਰਾਹ ਦੇ ਵਿੱਚ ਦੇਖਦਾ ਆ ਕਿੰਨੀ ਅੱਗ ਲਾ ਕੇ ਪਰਾਲੀ ਨੂੰ ਦਰਖਤ ਫੂਕੇ ਪਏ ਆ, ਇਹ ਵੀ ਕੁਦਰਤ ਨਾਲ ਖਿਲਵਾੜ ਹੈ। ਅਸੀਂ ਪਿਸ਼ਾਬ ਕਰਨਾ ਹੋਵੇ ਪਾਣੀ 'ਚ ਖੜ ਕੇ ਉੱਧਰ ਨੂੰ ਮੂੰਹ ਕਰਕੇ ਬੂਤਦੇ ਹੁੰਦੇ ਹਾਂ, ਥੁੱਕਣਾ ਹੋਵੇ ਪਾਣੀ 'ਚ ਥੁੱਕਦੇ ਹੁੰਦੇ ਹਾਂ, ਕੋਈ ਮੱਝ ਦੀ ਗਾਂ ਦੀ ਜੇਰ ਹੋਵੇ ਉਹਨੂੰ ਪਾਣੀ ਸਿੱਟ ਕੇ ਆਉਂਦੇ ਹੁੰਦੇ ਹਾਂ, ਕੋਈ ਕੱਟਾ ਵੱਛਾ ਮਰ ਜਾਓ ਪਾਣੀ 'ਚ ਤਾਰਦੇ ਹਾਂ, ਸਿੱਟਦੇ ਹਾਂ। ਕੋਈ ਪੰਡਿਤ ਕਹਿੰਦੇ ਤੇਰੇ ਗ੍ਰਹਿ ਕੱਟੇ ਜਾਣਗੇ, ਇੰਨੇ ਕੋਲੇ ਤਾਰਦੇ ਨਹਿਰ 'ਚੋਂ ਸਿੱਟ ਕੇ ਆਉਂਦੇ ਹੁੰਦੇ ਹਾਂ। ਤੁਸੀਂ ਮੈਨੂੰ ਇਹ ਵੀ ਦੱਸ ਦਿਓ ਤੁਹਾਡੇ ਘਰਾਂ ਦੇ ਵਿੱਚ, ਮੈਂ ਤੁਸੀਂ ਦੇਖ ਲਓ ਘਰਾਂ ਦੇ ਵਿੱਚ ਬੋਰ ਕਰਕੇ ਥੱਲੇ ਧਰਤੀ ਹੇਠਾਂ ਅਸੀਂ ਜਿਹੜਾ ਜ਼ਹਿਰੀਲਾ ਪਾਣੀ ਸਾਰਾ ਆਪਣਾ ਸੀਵਰੇਜ ਵਾਲਾ ਪਾਣੀ ਹੈ ਸਾਰਾ ਧਰਤੀ ਹੇਠਾਂ ਪਾ ਰਹੇ ਹਾਂ, ਪਾ ਰਹੇ ਹੋ ਕਿ ਨਹੀਂ ਪਾ ਰਹੇ ਦੱਸੋ, ਦੱਸੋ ਬਈ, ਹੁਣ ਹੱਥ ਖੜੇ ਕਰੋ, 2-3-4-5 ਬਸ 5 ਬੰਦੇ ਨੇ ਹੱਥ ਖੜੇ ਕੀਤੇ। ਉਹੀ ਪਾਣੀ ਅਸੀਂ ਬੋਰ ਕਰਕੇ ਆਪਣਾ ਸਾਰਾ ਜਿਹੜਾ ਸੀਵਰੇਜ ਲੈਟਿੰਗ ਵਾਲਾ ਪਾਣੀ ਹੈ ਗੰਦਮਨ ਧਰਤੀ ਹੇਠਾਂ ਪਾਉਂਦੇ ਹਾਂ, ਉਸੇ ਪੱਤਣ 'ਚੋਂ ਅਸੀਂ ਪਾਣੀ ਕੱਢ ਕੇ ਪੀਂਦੇ ਹਾਂ। ਆ ਪਿੱਛੇ ਜਦੋਂ ਪਾਣੀ ਆਇਆ ਸੀ ਪਿਛਲੇ ਸਾਲ, ਲੋਕਾਂ ਨੇ ਬੋਰ ਹੀ ਖੋਲ੍ਹਤੇ, ਜਿੰਨਾ ਯੂਰੀਏ ਰੇਹ ਸਪਰੇਅ ਵਾਲਾ ਪਾਣੀ ਸਾਰਾ ਧਰਤੀ ਹੇਠਾਂ। ਉਹ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਹ ਗੁਰਬਾਣੀ ਕਹਿੰਦੀ ਆ ਪਾਣੀ ਨੂੰ ਪਿਓ ਦਾ ਦਰਜਾ ਦਿੱਤਾ ਗਿਆ, ਪਿਓ, ਤੇ ਅਸੀਂ ਉਹਨੂੰ ਪਿਓ ਬਣਾ ਕੇ ਪੂਜਿਆ, ਉਹਨੂੰ ਸਾਂਭਿਆ, ਧਰਤੀ ਨੂੰ ਅਸੀਂ ਮਾਂ ਕਦੇ ਮੰਨਿਆ। ਗੱਲਾਂ ਕਰਦੇ ਹਾਂ ਅਸੀਂ ਇਸ ਇਨਕਲਾਬ ਦੀਆਂ, ਇਨਕਲਾਬ ਆਉਣਗੇ ਕਿਵੇਂ, ਕਿਹੜਾ ਬੰਦਾ ਸੋਚ ਕੇ ਚੱਲਦਾ ਇਹ ਗੱਲਾਂ। ਮੇਰੇ ਆਉਣ ਦਾ ਚੱਕਰ ਪਿੰਡ 'ਚ ਤਾਂ ਫਾਇਦਾ ਜੇ ਮਾੜਾ ਮੋਟਾ ਅਮਲ ਕਰਕੇ ਜਾਊ, ਨਹੀਂ ਆਏ ਇੱਥੇ 2-4 ਗੱਲਾਂ ਸੁਣੀਆਂ ਤੁਹਾਨੂੰ ਵਧੀਆ ਲੱਗਣਗੀਆਂ ਵੀ ਹਾਂ ਗੱਲਾਂ ਠੀਕ ਨੇ ਯਾਰ, ਹੈ ਨਾ, ਉਦੋਂ ਬਾਅਦ ਅਮਲ ਖਤਮ ਹੋ ਜਾਣਾ, ਅਮਲਾਂ ਬਿਨਾਂ ਨਿਬੇੜੇ ਨਹੀਂ ਹੋਣੇ। ਇਹ ਤਾਂ ਇਹ ਸੋਚਣਾ ਪੈਣਾ ਪੰਜਾਬ ਤਾਂ ਬਚੂਗਾ ਕਿਉਂ, ਆਪਾਂ ਵਾਰ ਵਾਰ ਕਹਿੰਦੇ ਪੰਜਾਬ ਦੀ ਹੋਣ ਦੀ ਲੜਾਈ ਹੈ, ਸਾਡੀ ਸਾਡੇ ਵਜੂਦ ਦੀ ਲੜਾਈ ਇਹ ਕਿਉਂ ਹੈ, ਕਿਉਂਕਿ RSS ਜਿਹੜੀ ਹੈਗੀ, BJP ਜਿਹੜੀ ਹੈਗੀ, ਉਹਦੀ ਵਿਚਾਰਧਾਰਾ ਇਹ ਨਹੀਂ ਕਿ ਤੁਹਾਨੂੰ ਸਿੱਧਾ ਮਾਰਨਾ, ਸਿੱਧਾ ਨਹੀਂ ਮਾਰਨਾ, ਅਗਲੇ ਨੇ ਸਿੱਧਾ ਮਾਰ ਮਾਰ ਕੇ ਅਗਲਿਆਂ ਨੇ ਦੇਖ ਲਿਆ, ਮੈਨੂੰ ਸਾਡੀ ਦਾਤਰੀ ਅਸੀਂ ਮੈਨੂੰ ਦੇ ਸੋਏ, ਜਿਉਂ ਜਿਉਂ ਮੈਨੂੰ ਵੱਢਦਾ ਸੀ ਦੂਣ ਸਵਾਏ ਹੋਏ, ਜਿਵੇਂ ਜਿਵੇਂ ਸਾਨੂੰ ਵੱਢਿਆ ਟੁੱਕਿਆ ਕੱਟਿਆ ਗਿਆ, ਚਾਹੇ ਮੁਗਲ ਹੋਣ ਚਾਹੇ ਅੰਗਰੇਜ਼ ਹੋਣ,
ਅਸੀਂ ਦੁੱਗਣੇ ਚੌਗਣੇ ਹੋ ਕੇ ਉੱਠ ਕੇ ਨਿਕਲੇ ਹਾਂ ਉਹਨਾਂ ਘੱਲੂਘਾਰਿਆਂ ਦੇ ਵਿੱਚੋਂ। ਪਰ ਹੁਣ ਸਾਨੂੰ ਜਿਵੇਂ ਖਤਮ ਕੀਤਾ ਜਾ ਰਿਹਾ, ਸਾਡੀਆਂ ਜੜਾਂ ਦਾਤੀ ਪਾ ਜਿਹੜੇ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ। ਹਰਾ ਇਨਕਲਾਬ ਆਇਆ, ਅਸੀਂ ਖੁਸ਼ੀਆਂ ਮਨਾਈਆਂ ਕਿ ਸਾਡੀਆਂ ਫਸਲਾਂ ਦੁੱਗਣੀਆਂ ਚੌਗਣੀਆਂ ਹੋ ਗਈਆਂ। ਉਹ ਹਰੇ ਇਨਕਲਾਬ ਨੇ ਸਾਨੂੰ ਕੀ ਦਿੱਤਾ? ਘਰ ਘਰ ਕੈਂਸਰ ਦੇਤਾ, ਸਾਡੇ ਪਾਣੀ ਦੂਸ਼ਿਤ ਕਰਤੇ, ਸਾਡੀਆਂ ਹਵਾਵਾਂ ਦੂਸ਼ਿਤ ਕਰਤੀਆਂ। ਸਾਨੂੰ ਐਂ ਖਤਮ ਕੀਤਾ ਜਾਣਾ। ਮੈਂ ਮੁੱਲਾਂਪੁਰ ਵੀ ਬੋਲਿਆ ਸੀ ਇਹ ਗੱਲ, ਉੱਥੇ ਇੱਕ ਇੱਥੇ ਚੌਂਕੀ ਮਾਨ ਦਾ ਮੁੰਡਾ ਮੇਰੇ ਕੋਲ ਆਇਆ, ਕਹਿੰਦਾ ਬਾਈ ਮੇਰਾ ਇੱਥੇ ਜਿੰਮ ਹੈ, ਤੇ ਕਹਿੰਦਾ ਮੈਂ ਜਿਹੜੇ ਜਿੰਮ 'ਚ ਮੇਰੇ ਕੋਲ 40-50 ਮੁੰਡੇ ਆਉਂਦੇ ਆ, ਕਹਿੰਦਾ ਮੈਂ ਟੈਸਟਾਸਟੇਰੋਨ ਚੈੱਕ ਕਰਾਇਆ, ਕਿਸੇ ਦੇ 5 ਹੈ, ਕਿਸੇ ਦੇ 10 ਹੈ, ਕਿਸੇ ਦੇ 20 ਹੈ, ਕਿਸੇ ਦੇ 25 ਹੈ। ਟੈਸਟਾਸਟੇਰੋਨ ਜਿਹੜੇ ਇੱਕ ਬੱਚਾ ਪੈਦਾ ਕਰਨ ਵਾਲੇ ਸੁਕਰਾਣੂ ਨੇ, ਉਹ ਬੰਦੇ ਦੇ ਅੰਦਰ ਹੋਣੇ ਚਾਹੀਦੇ ਨੇ। ਉਹ ਸਾਡੇ ਕਿਉਂ ਘਟ ਰਹੇ ਨੇ? ਕਿੰਨੇ ਕੇਸ ਹੁੰਦੇ ਨੇ ਪਿੰਡਾਂ ਦੇ ਵਿੱਚ ਜਦੋਂ ਨਵਾਂ ਵਿਆਹ ਹੁੰਦਾ ਹੈ, ਤੇ ਜਦੋਂ ਨਾਲ ਦੀ ਨਾਲ ਆਪਾਂ ਦਵਾਈ ਲੈਣੀ ਸ਼ੁਰੂ ਕਰ ਦਿੰਦੇ ਹਾਂ, ਭਾਈ ਜਵਾਕ ਨਹੀਂ ਹੋ ਰਿਹਾ, 4-5 ਸਾਲ ਖਾ ਕੇ ਦਵਾਈਆਂ ਫਿਰ ਜਵਾਕ ਹੁੰਦੇ, ਜਾਂ ਟੈਸਟ ਟਿਊਬ ਬੇਬੀ ਹੋ ਰਹੇ ਨੇ, ਬੱਚੇ ਹੋ ਰਹੇ, ਟੈਸਟ ਟਿਊਬਾਂ ਰਾਹੀਂ ਬੱਚੇ ਹੋ ਰਹੇ ਨੇ। ਇਹ ਕਿਉਂ ਹੋ ਗਿਆ? ਤਾਂ ਗੱਲ ਹੈ ਕਿ ਪੈਸਾ ਅਸੀਂ ਖਾ ਨਹੀਂ ਸਕਦੇ, ਪੈਸਾ ਸਾਡੀ ਸਿਹਤ ਨਹੀਂ ਬਣਾ ਸਕਦਾ। ਠੀਕ ਹੈ, ਪੈਸਾ ਸਾਨੂੰ ਚੰਗੀ ਗੱਡੀ, ਚੰਗੀ ਕੋਠੀ ਦੇ ਸਕਦਾ ਹੈ, ਇਹ ਸਾਡਾ ਖਾਣ ਪੀਣ ਨਾਲ ਜ਼ਹਿਰੀਲਾ ਹੋ ਗਿਆ। ਹਰ ਬੰਦੇ ਦੇ ਹਜ਼ਮ ਨਹੀਂ ਆਉਂਦਾ, ਹੱਥ ਨੇ 2 ਪੈਗ ਲਾ ਕੇ ਫੇਰ ਰੋਟੀ ਖਾਂਦਾ। ਇਹ ਕਿਉਂ ਕੀਤਾ ਗਿਆ? ਇਹ ਵੀ ਇੱਕ ਸਾਜ਼ਿਸ਼ ਸੀ। ਨਸ਼ਾ ਕਿਉਂ ਲਿਆਂਦਾ ਗਿਆ? ਆਪਾਂ ਨੂੰ ਲੱਗਦਾ ਕਿ ਚਿੱਟਾ ਆਇਆ, ਇੱਕ ਆਮ ਵਰਤਾਰਾ, ਚਿੱਟਾ ਜਾਣ ਬੁੱਝ ਕੇ ਲਿਆਂਦਾ ਗਿਆ ਤਾਂ ਕਿ ਸਾਡੀ ਜਵਾਨੀ ਨੂੰ ਖਤਮ ਕੀਤਾ ਜਾ ਸਕੇ। ਜੇ ਤੁਹਾਡੇ ਕੋਲ ਮੈਂ ਚੱਕਰ ਪਿੰਡ ਆ ਜਾਇਆ, ਜੇ ਮੈਂ ਚਿੱਟਾ ਪੀਣ ਵਾਲਾ ਹੁੰਦਾ ਮੈਂ ਨਹੀਂ ਆਉਣਾ ਸੀ। ਮੈਂ ਦੇਖਣਾ ਸੀ ਕਿ ਕਿਵੇਂ ਮੇਰੀ, ਮੈਂ ਆਪਣਾ ਜਿਹੜਾ ਕਿਸੇ ਦੀ ਦੁਕਾਨ ਭੰਨਣੀ ਹੈ, ਕੋਈ ਬੈਂਕ ਭੰਨਣੀ ਹੈ, ਏਟੀਐਮ ਭੰਨਣਾ, ਕਿਸੇ ਰਾਹ ਜਾਂਦੇ ਤੋਂ ਕਿਵੇਂ ਪੈਸੇ ਖੋਣੇ ਆ, ਇਹ ਮੇਰੀ ਸੋਚ ਨਹੀਂ ਸੀ ਬਣਨੀ। ਤੇ ਇਹ ਚਾਹੁੰਦੇ ਸੀ ਇਹ ਲੋਕ ਜਿਹੜੇ ਪੂਰੇ ਮੁਲਕ ਨੂੰ ਇੱਕੋ ਹੀ ਰੰਗ ਦੇ ਵਿੱਚ ਰੰਗਣ ਦੀ ਕੋਸ਼ਿਸ਼ ਹੋ ਰਹੀ ਹੈ। ਅਰਨਬ ਗੋਸਵਾਮੀ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਆ, ਸੁਣਿਆ ਸਾਰਿਆਂ ਨੇ? ਅਰਨਬ ਜਿਹੜਾ ਗੋਸਵਾਮੀ ਆ, ਉਹ ਰਿਪਬਲਿਕ ਟੀਵੀ ਵਾਲਾ, ਟੈਲੀਵਿਜ਼ਨ ਵਾਲਾ, ਇਹਦਾ ਸੋਸ਼ਲ ਮੀਡੀਆ ਦੀਆਂ ਗੱਲਾਂ ਨੇ। ਸੁਪਰੀਮ ਕੋਰਟ ਨੇ ਉਹਨੂੰ ਜ਼ਮਾਨਤ ਇਹ ਕਹਿ ਕੇ ਦਿੱਤੀ ਹੈ ਕਿ ਭਾਈ ਜੇ ਸੂਬਾ ਜਿਹੜਾ ਹੁੰਦਾ, ਸੂਬੇ ਦੀਆਂ ਸਰਕਾਰਾਂ ਕਿਸੇ ਬੰਦੇ ਦੇ ਧੱਕੇਸ਼ਾਹੀ ਕਰਦੀਆਂ, ਤਾਂ ਉਹਦੀ ਹਿਫਾਜ਼ਤ ਦੇ ਲਈ, ਉਸ ਬੰਦੇ ਦੀ ਰਾਖੀ ਦੇ ਲਈ ਸੁਪਰੀਮ ਕੋਰਟ ਬੈਠੀ ਹੈ। ਜਿਹੜੇ ਬੰਦੇ ਨੇ ਕਿਸੇ ਨੂੰ ਉਕਸਾ ਕੇ ਖੁਦਕੁਸ਼ੀ ਲਈ ਉਕਸਾ ਤਾ, ਉਹਨੂੰ ਸੁਪਰੀਮ ਕੋਰਟ ਇਹ ਕਹਿ ਕੇ ਜ਼ਮਾਨਤ ਦੇ ਦਿੰਦੀ ਹੈ। ਪਰ ਦੂਜੇ ਪਾਸੇ ਵਰਵਰੇ ਰਾਓ ਵਰਗੇ, ਸਟੈਨ ਵਰਗੇ, ਸਪੂਰਾ ਜਰਗਰ ਵਰਗੀਆਂ, ਤੇ ਤੁੰਬੜੇ ਵਰਗੇ, ਨਵਲੱਖੇ ਵਰਗੇ ਕਿੰਨੇ ਹੀ ਉਹ ਬੰਦੇ ਨੇ ਜਿਹੜਾ ਕੋਈ ਪ੍ਰੋਫੈਸਰ ਹੈ, ਕੋਈ ਬੁੱਧੀਜੀਵੀ ਹੈ, ਕੋਈ ਲਿਖਾਰੀ ਹੈ, ਕੋਈ ਕਵੀ ਹੈ, ਕੋਈ ਵਕੀਲ ਹੈ, ਜਿਨ੍ਹਾਂ ਨੂੰ UAPA ਲਾ ਕੇ ਅੰਦਰ ਤੁੰਨਿਆ ਗਿਆ, ਕਿ ਉਹਨਾਂ ਦੀ ਆਜ਼ਾਦੀ ਨਹੀਂ ਹੈ? ਕਿ ਉਹ ਕਸ਼ਮੀਰ ਵਾਲੇ ਜਿਹੜੇ 1.5 ਸਾਲ ਹੋ ਗਿਆ ਤਾੜਿਆਂ ਹੋਇਆਂ ਨੂੰ ਅੰਦਰ, ਉਹਨਾਂ ਨੂੰ ਕਿ ਉਹਨਾਂ ਦੀ ਆਜ਼ਾਦੀ ਕੋਈ ਮੈਨੂੰ ਨਹੀਂ ਰੱਖਦੀ? ਕਿ ਸਾਡੇ ਬੰਦੀ ਸਿੰਘ ਜਿਨ੍ਹਾਂ ਨੂੰ 40-40 ਸਾਲ ਹੋ ਗਏ, ਜੇਲ੍ਹਾਂ 'ਚ ਬੈਠਿਆਂ ਨੂੰ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਜੋ ਕਾਨੂੰਨ ਦੇ ਹਿਸਾਬ ਦੇ ਨਾਲ, ਕੋਈ ਰਿਹਾਈ ਨਹੀਂ, ਛੁੱਟੀ, ਕੋਈ ਛੁੱਟੀ ਨਹੀਂ, ਰਿਹਾਈ ਤਾਂ ਦੂਰ ਦੀਆਂ ਗੱਲਾਂ ਨੇ। ਇਹ ਹਾਲਾਤ ਨੇ, ਇਹ ਯਾਦ ਰੱਖਿਓ। ਜਿਵੇਂ ਪਹਿਲਾਂ ਬੋਲਿਆ ਕਿ ਸਾਡੇ ਹਾਲਾਤ ਕਸ਼ਮੀਰ ਵਾਲੇ ਹੋਣੇ ਨੇ, ਕਸ਼ਮੀਰ ਤੋਂ ਵੀ ਭੈੜੇ ਹੋਣੇ ਨੇ, ਜਿਹੜੀਆਂ ਆਵਾਜ਼ਾਂ ਅੱਜ ਬੁਲੰਦ ਹੁੰਦੀਆਂ ਨੇ, ਜਿਹੜੀਆਂ ਆਵਾਜ਼ਾਂ ਅੱਜ ਬੋਲਦੀਆਂ ਨੇ, ਜਿਹੜੀਆਂ ਆਵਾਜ਼ਾਂ ਅੱਜ ਆਪਣੇ ਲੋਕਾਂ ਨੂੰ ਜਾਗਰੂਕ ਕਰਦੀਆਂ ਨੇ, ਉਹ ਆਵਾਜ਼ਾਂ ਨੂੰ ਦੱਬਣਾ ਇਹਨਾਂ ਨੇ। ਕੋਈ UAPA ਲਾਤਾ, ਕੋਈ NSA ਲਾਤਾ, ਜੇਲ੍ਹ ਚੱਕ ਸਿੱਟਤਾ, ਕੋਈ ਸੁਣਵਾਈ ਨਹੀਂ। ਹੁਣ UAPA ਆਪਣੇ ਪੰਜਾਬ ਦੇ ਬਹੁਤ ਮੁੰਡਿਆਂ 'ਤੇ ਲਾਇਆ, ਅਸੀਂ ਉਹਨਾਂ ਘਰਾਂ 'ਚ ਵੀ ਜਾ ਕੇ ਆਏ ਹਾਂ। ਇੰਨਾ ਖਤਰਨਾਕ ਕਾਨੂੰਨ ਹੈ, 2 ਸਾਲ ਤੱਕ ਕੋਈ ਵਕੀਲ ਨਹੀਂ ਕਰ ਸਕਦੇ, ਕੋਈ ਅਪੀਲ ਨਹੀਂ ਪਾ ਸਕਦੇ, ਕੋਈ ਦਲੀਲ ਨਹੀਂ ਦੇ ਸਕਦੇ, ਸੁਣਵਾਈ ਨਹੀਂ ਹੋਣੀ, ਅੰਦਰ ਬੈਠੇ ਸੜੀ ਜਾਓ।
ਇਹ ਹਾਲਾਤ ਪੰਜਾਬ ਦੇ ਲੋਕਾਂ ਦੇ ਹੋਣੇ ਆ, ਕਿਉਂਕਿ ਅਸੀਂ ਇੱਥੇ ਖੜੇ ਆ। ਛੱਡ ਪਰੇ ਯਾਰ, ਮੈਂ ਕੀ ਲੈਣਾ, ਮੈਨੂੰ ਕੀ ਹੈ, ਜੇ ਫਸਿਆ ਤਾਂ ਉਹ ਫਸਿਆ, ਆਪਾਂ ਕੀ ਲੈਣਾ, ਇਹ ਭੁਲੇਖਾ ਹੈ ਜੀ। ਅੱਗ ਗਵਾਂਢੀਆਂ ਦੇ ਘਰੇ ਲੱਗੀ ਆ, ਸੇਕ ਸਾਡੇ ਤੱਕ ਪਹੁੰਚਣਾ, ਹਰ ਬੰਦੇ ਨਾਲ ਹਾਲਾਤ ਇਹ ਬਣਨੇ ਨੇ। ਤਾਂ ਮੈਂ ਇੱਕ ਗੱਲ ਤੁਹਾਨੂੰ ਸੁਣਾ ਕੇ ਜਾਊਂਗਾ ਅਖੀਰ ਦੇ ਉੱਤੇ। ਇੱਕ ਕਵੀ ਹੋਇਆ ਮਾਰਟਨ ਨਾਈ ਮੇਲਰ ਦਾ ਨਾਂ ਹੈ, ਉਹਨੇ ਜਦੋਂ ਹਿਟਲਰ ਦਾ ਦੌਰ ਸੀ ਤੇ ਕਵਿਤਾ ਲਿਖੀ ਸੀ, ਉਹਨੂੰ ਮੈਂ ਪੰਜਾਬੀ ਦੇ ਵਿੱਚ ਥੋੜ੍ਹਾ ਜਿਹਾ ਮੈਂ ਤਰਜਮਾ ਕੀਤਾ ਹੈ। ਕਹਿੰਦਾ, ਜਦੋਂ ਮੇਰੇ ਸਮਾਜ ਲਈ ਆਏ ਤਾਂ ਮੈਂ ਚੁੱਪ ਰਿਹਾ, ਜਦੋਂ ਉਹ ਮੇਰੇ ਬੋਲੀ ਲਈ ਆਏ ਮੈਂ ਚੁੱਪ ਰਿਹਾ, ਜਦੋਂ ਮੇਰੇ ਪਾਣੀਆਂ ਲਈ ਆਏ ਮੈਂ ਚੁੱਪ ਰਿਹਾ, ਜਦੋਂ ਮੇਰੇ ਇਤਿਹਾਸ ਨੂੰ ਤੋੜਿਆ ਮਰੋੜਿਆ ਗਿਆ ਮੈਂ ਚੁੱਪ ਰਿਹਾ, ਜਦੋਂ ਮੇਰੇ ਧਾਰਮਿਕ ਫਲਸਫੇ ਦੇ ਵਿੱਚ ਰਲਗੱਡ ਕਰਕੇ ਮਿਲਾਵਟ ਕਰਕੇ ਪਖੰਡਵਾਦ ਦਾ ਲੇਪ ਚਾੜ ਦਿੱਤਾ ਗਿਆ ਮੈਂ ਚੁੱਪ ਰਿਹਾ, ਮੇਰੇ ਪਾਣੀ ਖੋਹੇ ਗਏ, ਮੇਰੀ ਧਰਤੀ ਖੋਹੀ ਗਈ, ਮੈਂ ਚੁੱਪ ਰਿਹਾ। ਪਰ ਕਹਿੰਦਾ, ਅਖੀਰ ਇੱਕ ਦਿਨ ਉਹ ਮੇਰੇ ਲਈ ਆਏ, ਮੈਨੂੰ ਗਲ ਤੋਂ ਫੜ ਕੇ ਘਰੋਂ ਬਾਹਰ ਕੱਢ ਲਿਆ। ਕਹਿੰਦੇ, ਚੱਲ ਵੀ ਹੁਣ ਤੇਰਾ ਇੱਥੇ ਕੁਛ ਨਹੀਂ ਹੈਗਾ, ਚੱਕ ਆਪਣਾ ਨਾਡੇਰਾ ਤੇ ਇੱਥੋਂ ਲੰਘ ਜਾ। ਕਹਿੰਦਾ, ਮੈਂ ਆਲੇ ਦੁਆਲੇ ਦੇਖਦਾ ਰਿਹਾ, ਉਸ ਦਿਨ ਮੇਰੇ ਲਈ ਬੋਲਣ ਵਾਲਾ ਕੋਈ ਵੀ ਨਹੀਂ ਸੀ, ਕੋਈ ਵੀ ਐਸਾ ਮੋਢਾ ਨਹੀਂ ਸੀ ਜਿਹਦੇ ਉੱਤੇ ਮੈਂ ਆਪਣਾ ਸਿਰ ਰੱਖ ਕੇ ਆਪਣਾ ਦੁੱਖ ਰੋ ਸਕਦਾ, ਮੈਂ ਸੰਘਰਸ਼ ਕਰ ਸਕਦਾ। ਪਰ ਕਹਿੰਦਾ, ਉਦੇ ਮੇਰੇ ਪੱਲੇ ਪਛਤਾਵਾ ਰਹਿ ਗਿਆ ਕਿ ਮੇਰਾ ਵਜੂਦ, ਮੇਰੀ ਕੌਮ ਦਾ ਵਜੂਦ ਖਤਮ ਹੋ ਗਿਆ। ਇਹ ਅੱਜ ਅਸੀਂ ਸਾਡੀ ਸੋਚ ਇਹੀ ਹੈ ਵੀ ਛੱਡੋ ਪਰੇ, ਮੈਂ ਕੀ ਲੈਣਾ, ਹੁਣ ਮੈਂ ਕਿਹੜਾ ਚੱਕਰ ਦਵਾ ਕੇ ਚੋਣ ਲੜਨੀ ਆ, ਮਨਜੀਤ ਨੇਰ ਨੇ ਕਿਹੜਾ ਤੁਹਾਡੇ ਇੱਥੇ ਵੋਟਾਂ 'ਚ ਖੜੇ ਹੋਣਾ, ਜਾਂ ਜਿੰਨੇ ਹੋਰ ਆਲੇ ਦੁਆਲੇ ਦਵਾਏ ਆ। ਇਹ ਚੇਟਕ ਹੁੰਦੀ ਹੈ, ਚਿੰਗਾਰੀ ਹੁੰਦੀ ਹੈ, ਇੱਕ ਜਨੂਨ ਹੁੰਦਾ ਹੈ। ਤਾਂ ਮੈਂ ਦੋ ਵੇਲੇ ਪਰਮਾਤਮਾ ਅੱਗੇ ਇਹ ਅਰਦਾਸ ਕਰਕੇ ਪੈਂਦਾ ਕਿ ਹੇ ਵਾਹਿਗੁਰੂ, ਇਹ ਪਰਮਾਤਮਾ ਹੈ ਪਰਵਰਦਗਾਰ, ਮੇਰੀ ਕੌਮ ਨੂੰ ਇਕਜੁੱਟ ਕਰ, ਇਹ ਸੁਚੇਤ ਹੋਵੇ ਮੇਰੀ ਕੌਮ, ਇਹਨਾਂ ਦੇ ਦਿਮਾਗ ਖੁੱਲਣ, ਇਹ ਆਪਣੇ ਹਸਾਕਾਂ ਲਈ ਲੜੇ, ਆਪਣੇ ਪੰਜਾਬ, ਆਪਣੀ ਪੰਜਾਬੀਅਤ ਨੂੰ ਬਚਾਉਣ ਲਈ ਲੜੇ, ਤਾਂ ਜਾ ਕੇ ਗੱਲ ਬਣਨੀ ਹੈ। ਜੇ ਅਸੀਂ ਪਾਟੇ ਰਹੇ, ਆਹ ਧੜਿਆਂ ਤਾਂ ਹੀ ਵੰਡੇ ਹੋਏ ਆ। ਮੈਂ 3 ਸਾਲ ਪਹਿਲਾਂ ਤੁਹਾਡੇ ਨਗਰ ਦੇ ਵਿੱਚ ਆਇਆ ਸੀਗਾ, ਅਜਮੇਰ ਸਿੰਘ ਜਿਹੜੇ ਹੈਗੇ ਆ, ਇੱਕ ਉਹਨਾਂ ਦਾ ਭਰਾ ਆ, ਅਜਮੇਰ ਸਿੰਘ ਨੂੰ ਮੈਂ ਮਿਲਿਆ ਸੀਗਾ, ਉਹਨਾਂ ਦੇ ਮੌਤ ਹੋ ਚੁੱਕੀ ਹੈ ਹੁਣ ਤਾਂ, ਬੜਾ ਸੋਹਣਾ ਨਗਰ ਬਣਾਇਆ, ਚਰਚੇ ਨੇ ਤੁਹਾਡੇ ਪਿੰਡ ਦੇ ਪੂਰੀ ਦੁਨੀਆਂ 'ਚ, ਕਿ ਚੱਕਰ ਪਿੰਡ ਬੜਾ ਸੋਹਣਾ ਬਣਿਆ, ਝੀਲਾਂ ਬਣੀਆਂ, ਦਰਖਤ ਬਣੇ ਆ, ਲਾਈਟ ਲੱਗੇ ਨੇ, ਅੱਡੇ ਬਣੇ ਹੋਏ ਨੇ, ਰੰਗ ਹੋਇਆ ਹੋਇਆ ਪੂਰੇ ਪਿੰਡ ਨੂੰ, ਪੂਰੀ ਗੱਲਬਾਤ ਆ, ਦੂਰੋਂ ਦੂਰੋਂ ਲੋਕ ਤੁਹਾਡੇ ਪਿੰਡਾਂ ਨੂੰ ਦੇਖਣ ਆਉਂਦੇ ਨੇ ਚੱਕਰ ਨੂੰ। ਮੈਂ ਵੀ ਦੇਖਣ ਆਇਆ ਸੀ 3 ਸਾਲ ਪਹਿਲਾਂ ਕਿ ਬੜਾ ਸੋਹਣਾ ਪਿੰਡ ਬਣਾਇਆ, ਚੱਕਰ ਦੀਆਂ ਬੜੀਆਂ ਗੱਲਾਂ ਹੁੰਦੀਆਂ ਨੇ। ਪਰ ਮੈਨੂੰ ਇੱਕ ਗੱਲ ਹੋਰ ਵੀ ਪਤਾ ਲੱਗੀ ਕਿ ਇਹ ਤੁਹਾਡਾ ਪਿੰਡ ਵੀ ਹੁਣ ਦਿਖਾੜ ਹੋ ਗਿਆ, ਤੁਹਾਡੇ ਪਿੰਡ ਦੇ ਵਿੱਚ ਵੀ ਉਹ ਏਕਾ ਹਾਲੇ ਨਹੀਂ ਰਿਹਾ। ਆਪਾਂ ਵਾਰ ਵਾਰ ਗੱਲ ਕਰਦੇ ਰਹੇ ਹਾਂ, ਇੱਥੋਂ ਸਟੇਜ ਤੋਂ ਬੁਲਾਰੇ ਬੋਲੇ ਆ ਕਿ ਏਕਾ ਮਾੜਾ ਜੀ ਪਿੰਡ 'ਚ ਇੱਕੋ ਹੀ ਗੁਰਦੁਆਰਾ ਹੈ, ਪਰ ਤੁਹਾਡਾ ਪਿੰਡ ਵੀ ਹੁਣ ਉਹ ਰਾਹ 'ਤੇ, ਜਿਹੜੇ ਰਾਹ ਦੇ ਉੱਤੇ ਸਿਆਸੀ ਬੰਦਿਆਂ ਨੇ ਸਾਨੂੰ ਪਾਇਆ ਹੋਇਆ, ਸਾਡੇ ਨਾਲ ਭਾਈਚਾਰਕ ਸਾਂਝਾਂ ਤੋੜਤੀਆਂ, ਭਰਾ ਭਰਾ ਨਾਲ ਲੜਾਤਾ, ਪੁੱਤ ਪਿਓ ਨਾਲ ਲੜਾਤਾ, ਇੱਥੋਂ ਤੱਕ ਸਾਡੇ ਹਾਲਾਤ ਬਣ ਗਏ ਕਿ ਜੇ ਇੱਕ ਬਾਦਲਾਂ ਨਾਲ ਆ, ਦੂਜਾ ਕਾਂਗਰਸ ਨਾਲ ਆ, ਦੂਜਾ ਦੂਜੇ ਨੂੰ ਕਿਸੇ ਵਿਆਹ ਸਾਹਿਬ ਤੇ ਕਿਸੇ ਦੁੱਖ ਦੇ ਸਮੇਂ ਸੱਦਣੋਂ ਬੁਲਾਉਣੋਂ ਹਟ ਕੇ ਜੇ ਸਾਹਮਣੇ ਕੋਈ ਅਕਾਲੀ ਤੁਰਿਆ ਆਉਂਦਾ ਆਉਂਦਾ, ਇੱਧਰੋਂ ਕਾਂਗਰਸੀ ਜਾਂਦਾ ਤਾਂ ਪਾਸਾ ਵੱਟ ਕੇ ਲੰਘ ਜਾਂਦੇ ਆ। ਇੱਥੋਂ ਤੱਕ ਸਾਡੇ 'ਚ ਨਫ਼ਰਤਾਂ ਭਰ ਦਿੱਤੀਆਂ ਇਹਨਾਂ ਲੋਕਾਂ ਨੇ, ਕਿੰਨਾ ਪਿਆਰ ਕਿੰਨੀ ਮੁਹੱਬਤ ਸੀਗੀ ਸਾਡੇ ਲੋਕਾਂ। ਧਨੇਰ ਨੇ ਸੁਣਾਇਆ ਕਿ ਮੈਂ 82 ਦੀ ਗੱਲ ਕਰਦਾ, ਜਦੋਂ ਕਿਸੇ ਪਿੰਡ 'ਚ ਗਏ ਸੀਗੇ ਤਾਂ 82 ਦੇ ਵਿੱਚ ਇਹਨਾਂ ਨੇ ਦੇਖਿਆ ਕਿਵੇਂ ਲੋਕਾਂ 'ਚ ਮੇਲ ਜੋਲ ਸੀ, ਕਿਵੇਂ ਜਦੋਂ ਕਿਸੇ ਪਿੰਡ 'ਚ ਕੋਈ ਘਟਨਾ ਵਾਪਰਦੀ ਸਾਰਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀ ਉੱਥੇ ਆ ਕੇ। ਅੱਜ ਹਾਲਾਤ ਹੋਰ ਹੈ, ਗਵਾਂਢੀਆਂ ਦੇ ਅੱਗ ਲੱਗੀ ਹੋਵੇ, ਗਵਾਂਢੀ ਖੜ ਕੇ ਕੰਨ ਤੇ ਵੀਡੀਓ ਬਣਾਉਂਦਾ ਹੁੰਦਾ ਵੀ ਦੇਖਾਂ, ਗਵਾਂਢੀ ਲੜਦੇ ਹੋਣ ਤਾਂ ਵੀ ਵੀਡੀਓ ਬਣਾਉਂਦਾ ਵੀ ਕੱਲ ਨੂੰ ਨੈੱਟ ਤੇ ਪਾਊਂਗਾ।
ਉਹ ਏਕਾ ਉਹ ਭਾਈਚਾਰੇ ਸਾਨੂੰ ਕਾਇਮ ਕਰਨੇ ਪੈਣੇ, ਉਹ ਸਿਰ ਜੋੜਨੇ ਪੈਣੇ ਆ ਯਾਰ, ਜੇ ਪੰਜਾਬ ਨੂੰ ਬਚਾਉਣਾ। ਬੜੀ ਮਹਾਨ ਵਿਰਾਸਤ ਹੈ, ਬੜੀ ਮਹਾਨ ਧਰਤੀ ਹੈ, ਬੜੇ ਮਹਾਨ ਲੋਕ ਨੇ, ਧਰਤੀ ਦੇ ਹਰ ਕਦਮ ਕਦਮ ਤੇ ਸ਼ਹੀਦ ਹੋਏ ਨੇ, ਹਰ ਕਦਮ ਕਦਮ ਤੇ ਖੂਨ ਡੁੱਲਿਆ, ਫਿਰ ਇਹ ਵਿਰਾਸਤ ਹੈ ਜਿਹੜੀ ਉਹ ਸਿੰਜੀ ਜਾ ਸਕੀ ਹੈ, ਫਿਰ ਇਹ ਵਿਰਾਸਤ ਖੜੀ ਹੋਈ ਹੈ। ਤੇ ਜੇ ਅੱਜ ਇਹ ਵਿਰਾਸਤ ਬਣੂਗੀ ਤਾਂ ਸਾਡੇ ਨਿਖਿੱਧਪਣੇ ਕਰਕੇ, ਸਾਡੇ ਨਿਕੰਮਾਪਣ ਕਰਕੇ ਇਹ ਵਿਰਾਸਤ ਨਹੀਂ ਖਤਮ ਹੋਣਾ। ਕੋਈ ਫਰਕ ਨਹੀਂ ਪੈਂਦਾ, ਮੈਂ ਕਹਿੰਦਾ ਹੁੰਦਾ ਦੁਨੀਆਂ ਤੋਂ ਜਿੱਦੇ ਜਾਣਾ ਤੁਹਾਡਾ ਨੰਬਰ ਉਹਦੇ ਆ ਹੀ ਜਾਣਾ। ਬਥੇਰੇ ਹੁਣ ਆਪਾਂ ਦੇਖਦੇ ਕਿ ਅਟੈਕ ਹੋ ਗਿਆ ਜੀ, ਕੋਈ ਐਕਸੀਡੈਂਟ 'ਚ ਮਰ ਗਿਆ ਜੀ, ਕੋਈ ਯਾਤਰਾ ਤੇ ਗਿਆ ਉੱਥੇ ਪਾਣੀ 'ਚ ਰੁੜ ਕੇ ਮਰ ਗਿਆ ਜੀ, ਬਹੁਤ ਦੁਨੀਆਂ ਮਰਦੀ ਆ। ਤਾਂ ਫਿਰ ਇਹ ਜ਼ਿੰਦਗੀ ਆਪਣੀ ਕੌਮ ਦੇ, ਆਪਣੇ ਪੰਜਾਬ, ਆਪਣੀ ਪੰਜਾਬੀਅਤ ਦੇ ਲੇਖੇ ਲਾਓ। ਇੱਕ ਜਜ਼ਬਾ ਪੈਦਾ ਕਰੋ ਕਿ ਅਸੀਂ ਰਾਜ ਕਰਨ ਵਾਲੇ ਲੋਕ ਹਾਂ, ਅਸੀਂ ਗੁਲਾਮ ਨਹੀਂ ਹਾਂ, ਗੁਲਾਮ ਨਾ ਬਣਿਆ ਕਰੋ। ਇਹ ਸਾਡੇ 'ਚ ਹੋਣਾ ਚਾਹੀਦਾ ਜਨੂੰਨ ਕਿ ਹਾਂ ਯਾਰ, ਮੁਠੀ ਭਰ ਨੇ ਵੀ ਰਾਜ ਕੀਤਾ ਇਸ ਦੁਨੀਆਂ ਦੇ ਉੱਤੇ। ਤੇ ਉਹ ਰਾਜ ਇਹ ਨਹੀਂ ਸੀ ਕਿ ਕਿਸੇ ਇੱਕ ਦਾ ਸੀ, ਸਾਰੀ ਸਮੁੱਚੀ ਮਾਨਵਤਾ ਦੀ ਭਲਾਈ ਲਈ ਰਾਜ ਕੀਤਾ ਸੀ। ਸੋ ਅਖੀਰ ਦੇ ਉੱਤੇ ਇਹੀ ਬੇਨਤੀ, 26 ਤਰੀਕ ਨੂੰ ਮੇਰਾ ਵੀਰ ਆਪਾਂ ਜਾਣਾ ਦਿੱਲੀ, 26-27 ਨੂੰ ਟਰੈਕਟਰ ਟਰਾਲੀਆਂ ਤੇ ਆਪਣੀਆਂ 2-2 ਟਰਾਲੀਆਂ ਵਿੱਚੇ ਰਾਸ਼ਨ, ਵਿੱਚੇ ਜਿਹੜੇ ਲੀੜੇ ਕੱਪੜੇ ਆ, ਬਿਸਤਰੇ, ਸਾਰਾ ਕੁਛ ਵਿੱਚੇ, ਵੀ ਹੋ ਸਕਦਾ ਆਪਾਂ ਨੂੰ 2 ਮਹੀਨੇ, 4 ਮਹੀਨੇ, 6 ਮਹੀਨੇ ਉੱਥੇ ਲਾਉਣੇ ਪੈਣ, ਤਾਂ ਮੋਰਚਾ ਪੱਕਾ ਲਾਉਣਾ ਹੀ ਪੈਣਾ। ਕਿੰਨਾ ਚਿਰ ਬਚਦੇ ਰਵਾਂਗੇ, ਐ ਬਚ ਬਚਾ ਕੇ ਗੱਲਾਂ ਹੋਣੀਆਂ ਨੀ। ਕਾਨੂੰਨ ਬੜੇ ਖਤਰਨਾਕ ਹੋਰ ਆਉਣੇ ਨੇ, ਬਿਜਲੀ ਵਾਲਾ ਹਲੇ ਤਿਆਰ ਹੋ ਰੱਖੀ ਬੈਠੇ ਹੈ, ਪਾਣੀ ਸਾਡਾ ਮੋੜ ਕੇ ਹਿਮਾਚਲ ਦੇ ਵਿੱਚੋਂ ਉਹ ਹੋਰਨਾਂ ਸੂਬਿਆਂ ਨੂੰ ਲਿਜਾਣ ਨੂੰ ਤਿਆਰ ਹੋਏ ਬੈਠੇ ਹੈ। ਤਾਂ ਇਹ ਇਹ ਹਮਲੇ ਸਾਡੇ ਤੇ ਹੋਰ ਹਲੇ ਤੇਜ਼ ਹੋਣੇ ਹੈ। ਇਹ ਭੁੱਲ ਜਾਓ ਵੀ ਇੱਕ ਵਾਰੀ ਅਸੀਂ ਆਹ ਕਰਾ ਕੇ, ਕਿਸਾਨੀ ਵਾਲਾ ਜਿਹੜਾ ਹੈਗਾ ਕਾਨੂੰਨ ਇਹਨੂੰ ਵਾਪਸ ਕਰਾ ਕੇ, ਤੇ ਸਾਨੂੰ ਕੋਈ ਮਾੜੀ ਮੋਟੀ ਰਾਹਤ ਮਿਲ ਜਾਣੀ ਹੈ। ਰਾਹਤ ਨਹੀਂ ਮਿਲਣੀ, ਉਹ ਬਹੁਤ ਬੁਰੀ ਮਿੱਥੀ ਬੈਠੇ ਆ, ਬਹੁਤ ਬੁਰੀ ਧਾਰੀ ਬੈਠੇ ਆ ਪੰਜਾਬ ਪ੍ਰਤੀ ਤਾਂ। ਕਿਉਂਕਿ ਸਾਡੀ ਜਿਹੜੀ ਅਸੀਂ ਗੱਲ ਵਿਲੱਖਣਤਾ ਦੀ ਕਰਦੇ ਹਾਂ, ਅਡਰੀ ਗੱਲ ਕਰਦੇ ਹਾਂ, ਸਾਡੀ ਪਹਿਚਾਣ ਦੀ ਗੱਲ ਕਰਦੇ ਹਾਂ, ਉਹ ਰੜਕਦੀ ਆ ਉਹਨਾਂ ਨੂੰ। ਉਹ ਨਹੀਂ ਚਾਹੁੰਦੇ ਕਿ ਇਹ ਕੋਈ ਆਪਣੀ ਵੱਖਰੀ ਗੱਲ ਕਰਨ। ਸੋ 26-27 ਤਰੀਕ ਨੂੰ ਮੇਰਾ ਵੀਰ ਆਪਾਂ ਵੱਧ ਤੋਂ ਵੱਧ ਵੱਡੀ ਗਿਣਤੀ ਜਾਣਾ। ਕਿੰਨੇ ਕੁ ਜਾਵਾਂਗਾ ਵੀ ਹੱਥਕੜੇ ਕਰ, ਥੋੜੇ ਹੱਥਕੜੇ ਹੋ ਨਹੀਂ ਸਾਹਿਬ ਕਹਿੰਦੇ ਕਹਿੰਦੇ ਦੁਬਾਰੇ ਲੈ ਜਾਵਾਂਗੇ। ਹਾਂ ਇਹ ਤਾਂ ਚੱਲਣਾ, ਲੰਮਾ ਚਲਾਉਣਾ ਨਾ, ਇਹਦਾ ਫਿਰ ਕੰਮ ਕੁੰਮ ਨਿਬੇੜ ਕੇ, ਕੋਈ ਗੱਲ ਨਹੀਂ, ਬਿਜਾਈ ਦਾ ਕੰਮ ਚੱਲਦਾ ਤੇ ਅਸੀਂ ਉਹ ਨਿਬੇੜ ਕੇ ਫਿਰ ਅੱਗੇ ਵੱਡੀ ਗਿਣਤੀ ਦੇ ਵਿੱਚ ਹੌਲੀ ਹੌਲੀ ਵਾਰੀ ਬੰਨ ਕੇ। ਵੱਡਾ ਪਿੰਡ ਹੈ ਤਾਂ ਬਹੁਤ ਵੱਡਾ ਪਿੰਡ ਹੈ, ਹੋਣੀ ਹੈ ਮਤਲਬ 7,000 ਵੋਟ ਹੋਣੀ ਹੈ ਪਿੰਡ ਦੀ। ਤੇ ਇਸ ਪਿੰਡ ਦੇ ਵਿੱਚ ਉਹਦਾ 500-700 ਬੰਦਾ ਮੇਰੀਆਂ ਮਾਵਾਂ ਭੈਣਾਂ ਬੈਠੀਆਂ ਨੇ, ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਉਸ ਦਿਨ, ਤੁਹਾਡੀ ਸ਼ਮੂਲੀਅਤ, ਤੁਹਾਡੀ ਗਿਣਤੀ ਵੱਡੀ ਚਾਹੀਦੀ ਹੈ। ਕਿਉਂਕਿ ਜਿਹੜੀਆਂ ਜਿਹੜੇ ਮੈਦਾਨਾਂ ਦੇ ਵਿੱਚ ਸਾਡੀਆਂ ਮਾਵਾਂ ਭੈਣਾਂ ਕੁੱਦੀਆਂ ਨੇ, ਉਹ ਮੈਦਾਨ ਹਮੇਸ਼ਾ ਅਸੀਂ ਫਤਿਹ ਕੀਤੇ ਨੇ। ਤਾਂ ਉਹਦੇ ਫਿਰ ਉਹ ਨਾਰਾ ਜ਼ਰੂਰ ਲਾਉਣਾ ਵੀ ਬੱਚਾ ਬੱਚਾ ਝੋਕ ਦਿਆਂਗੇ, ਜ਼ਮੀਨਾਂ ਤੇ ਕਬਜ਼ਾ ਰੋਕ ਦਿਆਂਗੇ। ਹੁਣ ਬੱਚਾ ਬੱਚਾ ਝੋਕ ਦਿਆਂਗੇ, ਪੰਜਾਬ ਤੇ ਕਬਜ਼ਾ ਰੋਕ ਦਿਆਂਗੇ। ਹੁਣ ਇਹ ਪੰਜਾਬ ਤੇ ਕਬਜ਼ਾ ਨਹੀਂ ਅਸੀਂ ਹੋਣ ਦੇਣਾ, ਚਾਹੇ ਸਿਰ ਧੜ ਦੀ ਲਾਉਣੀ ਪੈ ਜਾਵੇ। ਉਹਦੇ ਫਿਰ ਇਹ ਕਹਿ ਕੇ ਚੱਲਿਓ ਮਾਂ ਨੂੰ ਵੀ, ਬੇਬੇ ਪਾਣੀ ਆਟੇ 'ਚ ਮੇਰੇ ਆਏ ਤੋਂ ਪਾਈ, ਕੋਈ ਗੱਲ ਨਹੀਂ। ਇਤਿਹਾਸ ਲਿਖਿਆ ਜਾਂਦਾ ਹੁੰਦਾ ਇਹਨਾਂ ਲੜਾਈਆਂ ਦਾ, ਇਹ ਸੰਘਰਸ਼ਾਂ ਦਾ, ਇੱਕ ਪਲ ਪਲ ਦਾ ਇਤਿਹਾਸ ਲਿਖਿਆ ਜਾਂਦਾ ਹੁੰਦਾ। ਤਾਂ ਇਤਿਹਾਸ ਦੇ ਵਿੱਚ ਲੜਨ ਵਾਲੇ ਲੋਕਾਂ ਦਾ ਨਾਂ ਆਉਂਦਾ ਹੁੰਦਾ, ਗਦਾਰਾਂ ਦਾ ਵੀ ਆਉਂਦਾ ਹੁੰਦਾ, ਲੜਨ ਵਾਲੇ ਲੋਕਾਂ ਦਾ ਪਹਿਲ ਤੇ ਆਉਂਦਾ ਹੁੰਦਾ। ਸੋ ਇੰਨੀਆਂ ਮੇਰੀਆਂ ਬੇਨਤੀਆਂ ਸੀ। ਮੈਂ ਅਖੀਰ ਦੇ ਉੱਤੇ ਫਿਰ ਤੁਹਾਨੂੰ ਕਹਿਣਾ ਆਪਾਂ ਨਾਰੇ ਗਜਾਵਾਂਗੇ, ਪਰ ਮੇਰੀ ਬੇਨਤੀ ਹੈ ਮੇਰਾ ਵੀਰ ਸਾਰੇ ਆਈ ਬਣੇ ਰਹੋ। ਮੈਂ 2 ਪਿੰਡਾਂ ਦੇ ਵਿੱਚ, ਉੱਧਰ ਮੇਰੇ ਜ਼ਿਲ੍ਹੇ 'ਚ ਜਾਣਾ ਹਲੇ, ਤੇ ਮੈਂ ਇਸ ਕਰਕੇ ਪਹਿਲਾਂ ਬੋਲਿਆ ਨਹੀਂ, ਮੈਂ ਅਖੀਰ 'ਤੇ ਬੋਲਣਾ ਸੀ।
ਵਧੀਆ ਮੈਥੋਂ ਵਧੀਆ ਬੁਲਾਰੇ ਬੋਲਣ ਵਾਲੇ ਚੰਗੇ ਵਿਚਾਰਾਂ ਵਾਲੇ ਨੇ, ਹਲੇ ਹੋਰ ਬੋਲਣੇ, ਆਪਣੇ ਪੱਖ ਰੱਖਣੇ ਨੇ, ਵਿਚਾਰ ਰੱਖਣੇ ਨੇ, ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਨੇ। ਇੱਕ ਅਖੀਰ ਤੇ ਮੈਨੂੰ ਗੱਲ ਰੜਕਦੀ ਹੈ ਜਿਹੜੀ ਮੈਂ ਪੁੱਛ ਲਾਂ ਦੁਬਾਰੇ ਯਾਰ, ਹੁਣ ਡੇਰਿਆਂ ਦਾ ਵਾਈਕਾਟ ਕਿੰਨੇ ਕਰਾਉਂਗੇ? ਮੜੀਆਂ ਮੇਰੀਆਂ ਮਾਤਾ ਬੇਬੇ ਬੈਠੀਆਂ, ਇੱਧਰ ਭੈਣਾਂ ਬੈਠੀਆਂ, ਇਹ ਨਹੀਂ ਹੱਥ ਖੜੇ ਕਰਦੇ, ਇਹਦੀ ਇੱਕ ਬਹੁਤ ਵੱਡਾ ਸਾਨੂੰ ਸਿੰਘਾਸ ਲੜਨਾ ਪੈਣਾ, ਖਾ ਗਏ ਸਾਨੂੰ, ਜੜਾਂ ਚ ਬਹਿ ਗਏ ਸਾਡੇ, ਬੜਾ ਕੂੜਾ ਲਾਇਆ ਡੇਰਿਆਂ ਨੂੰ ਮੈਂ ਨੇ ਸਾਨੂੰ। ਤਿਆਰ ਹੋ ਬਈ, ਹੱਥ ਵਾਲੇ ਖੜੇ ਕਰੋ ਫਿਰ, ਠੀਕ ਹੈ ਜੀ। ਦੋ ਮਿੰਟ ਲੈ ਲਾ ਯਾਰ, ਮੇਰੀ ਗੱਲ ਚੇਤੇ ਸੁਆਇਆ ਨਾ, ਫਿਰ ਜੋ ਇਕੱਠ ਬੈਠਾ ਹੋਵੇ ਗੱਲਾਂ ਸੁਣਦਾ ਹੋਵੇ ਤੇ ਫਿਰ ਸਵਾਉਣ ਦਾ ਸਵਾਦ ਵੀ ਆਉਂਦਾ, ਪਰ ਐਂ ਹੁੰਦਾ ਵੀ ਹੁਣ ਹੋਰ ਥੋੜ੍ਹੀ ਜਿਹੀ ਗੱਲ ਵਾਪਸ ਕਰ ਲਈ ਜਾਵੇ ਯਾਰ। ਤਾਂ ਮੈਂ ਤੁਹਾਨੂੰ ਗੱਲ ਇੰਨੀ ਦੱਸਣੀ ਚਾਹੁੰਦਾ ਕਿ ਦੇਖੋ ਡੇਰਿਆਂ ਨਾਲ ਸੰਬੰਧ ਜਿਹੜੀ ਮੈਂ ਗੱਲ ਦੱਸਣਾ ਚਾਹੁੰਦਾ ਕਿ ਇਹ ਕਿਉਂ ਆ, ਕਿਉਂਕਿ ਜਦੋਂ ਅਸੀਂ ਕਿਸੇ ਡੇਰੇ ਵੱਲ, ਕਿਸੇ ਧਾਗੇ ਤਵੀਤਾਂ ਵੱਲ, ਕਿਸੇ ਮੜੀਆਂ ਵੱਲ ਭਜਦੇ ਹਾਂ ਨਾ, ਤਾਂ ਅਸੀਂ ਸ਼ੁਰੂ ਤੋਂ ਬਚਪਨ ਦੇ ਵਿੱਚ ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੇ ਪਿਓ, ਸਾਡੇ ਦਿਮਾਗ ਦੇ ਵਿੱਚ ਪਾਈਆਂ ਜਾਂਦੀਆਂ ਚੀਜ਼ਾਂ ਨੇ ਕਿ ਪੁੱਤ ਆਹ ਫਲਾਨਾ ਡੇਰਾ ਹੈ, ਫਲਾਨਾ ਬਾਬਾ ਹੈ, ਇਹ ਇਹ ਬਹੁਤ ਸ਼ਕਤੀ ਵਾਲਾ ਹੈ, ਇਹ ਬਹੁਤ ਕਰਨੀ ਵਾਲਾ ਹੈ, ਇਹ ਬੜੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ, ਤਾਂ ਉਹ ਮਾਨਸਿਕਤਾ ਸਾਡੀ ਉਵੇਂ ਬਣਦੀ ਤੁਰੀ ਜਾਂਦੀ ਹੈ। ਜਦੋਂ ਮਾਨਸਿਕ ਤੌਰ 'ਤੇ ਮੈਂ ਕਹਿਣਾ ਹੁੰਦਾ ਵੀ ਜਿਹੜੇ ਲੋਕ ਅੱਜ ਡੇਰਿਆਂ ਡੂਰਿਆਂ ਨਾਲ ਤੁਰੇ ਫਿਰਦੇ ਨੇ ਉਹ ਲੋਕ ਮਾਨਸਿਕ ਤੌਰ 'ਤੇ ਬਿਮਾਰ ਹੁੰਦੇ ਨੇ। ਜਿਹੜਾ ਬੰਦਾ ਮਾਨਸਿਕ ਰੋਗੀ ਹੁੰਦਾ ਉਹੀ ਹਮੇਸ਼ਾ ਕਿਸੇ ਨਾ ਕਿਸੇ ਚੀਜ਼ ਦਾ ਸਹਾਰਾ ਲੈਂਦਾ ਹੁੰਦਾ। ਜਿਹੜਾ ਬੰਦਾ ਮਾਨਸਿਕ ਤੌਰ 'ਤੇ, ਦਿਮਾਗੀ ਤੌਰ 'ਤੇ ਮਜ਼ਬੂਤ ਹੁੰਦਾ ਉਹ ਬੰਦਾ ਕਿਸੇ ਡੇਰੇ ਡੂਰੇ ਦਾ ਸਹਾਰਾ ਨਹੀਂ ਲੈਂਦਾ ਹੁੰਦਾ। ਕੋਈ ਮੁਸੀਬਤ ਆ ਜਾਵੇ ਉਹਨੂੰ ਐਂ ਹੁੰਦਾ ਕੋਈ ਗੱਲ ਨਹੀਂ, ਮੈਂ ਆਪਣੇ ਆਪ ਦੇ ਸਿਰ 'ਤੇ ਝੱਲੂੰਗਾ, ਮੈਂ ਕਿਸੇ ਡੇਰੇ ਡੂਰੇ 'ਚ ਨਹੀਂ ਜਾਣਾ। ਪਰ ਸਾਡੇ ਹਾਲਾਤ ਇਹ ਪੈਦਾ ਕੀਤੇ ਜਾਂਦੇ ਨੇ। ਮੈਂ ਮਾਵਾਂ ਭੈਣਾਂ ਬੈਠੀਆਂ ਤਾਂ ਗੱਲ ਕਰਦਾ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਤਿਆਰ ਕਰੋ, ਇਸ ਤਰ੍ਹਾਂ ਪ੍ਰੇਰਨਾ ਹੋਣੀ ਚਾਹੀਦੀ ਹੈ, ਉਹਨਾਂ ਨੂੰ ਇਤਿਹਾਸ ਨਾਲ ਇਹੋ ਜਿਹਾ ਜੋੜੋ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਆਪਣੇ ਛੋਟੇ ਸਾਹਿਬਜ਼ਾਦਿਆਂ ਦੀਆਂ ਗੱਲਾਂ, ਉਹਨਾਂ ਦੀਆਂ ਕੁਰਬਾਨੀਆਂ ਦੀਆਂ ਗੱਲਾਂ ਜੇ ਉਹ ਸਿਖਾਉਂਦੇ ਆ ਤਾਂ ਸਾਡੇ ਬੱਚੇ ਵੀ ਉਸ ਤਰ੍ਹਾਂ ਤਿਆਰ ਹੋਣ। ਪਰ ਅੱਜ ਕੱਲ੍ਹ ਉਹ ਚੀਜ਼ਾਂ ਸਾਨੂੰ ਨਾ ਘਰਾਂ ਦੇ ਵਿੱਚ ਦਿਖਾਈਆਂ ਜਾਂਦੀਆਂ ਨੇ, ਨਾ ਸੁਣਾਈਆਂ ਜਾਂਦੀਆਂ ਨੇ। ਅੱਜ ਕੱਲ੍ਹ ਮਾਵਾਂ ਸਾਡੀਆਂ ਕੀ ਕਰਦੀਆਂ ਬੱਚਿਆਂ ਦੀਆਂ, ਭੈਣਾਂ ਕੀ ਕਰਦੀਆਂ ਨੇ ਸਾਡੀਆਂ, ਉਹਨਾਂ ਨੂੰ ਐਂ ਹੁੰਦਾ ਵੀ ਮੇਰਾ ਕੋਈ ਟੀ ਵੀ ਸੀਰੀਅਲ ਨਾ ਲੰਘ ਜਾਵੇ, ਨਾਟਕ ਨਾ ਲੰਘ ਜਾਵੇ, ਉਹ ਆਪਣੇ ਜਵਾਕ ਨੂੰ ਮੋਬਾਈਲ ਦੇ ਉੱਤੇ ਮੋਟੂ ਪਤਲੂ ਲਾ ਕੇ ਦੇ ਦਿੰਦੇ ਨੇ ਵੀ ਆਹ ਪੁੱਤ ਤੂੰ ਦੇਖੀ ਜਾ, ਹੱਸਣ ਵਾਲੀ ਗੱਲ ਨਹੀਂ ਹੈ, ਸਾਡਾ ਦੁਖਾਂਤ ਆ ਕਿ ਉਹ ਕਹਿੰਦੀਆਂ ਕਿ ਤੂੰ ਇੱਧਰ ਲੱਗਿਆ ਰਹੇਗਾ ਤੇ ਮੈਂ ਆਪਣਾ ਨਾਟਕ ਦੇਖ ਲੂੰਗੀ ਜਾਂ ਮੈਂ ਆਪਣਾ ਕੋਈ ਕੰਮ ਕਾਰ ਕਰ ਲੂੰਗੀ। ਅੱਗੇ ਸਾਡੀਆਂ ਮਾਵਾਂ ਭੈਣਾਂ ਇੱਕ ਬੱਚੇ ਦੀਆਂ ਮੀਟਿੰਗਾਂ ਗੁੰਦੀਆਂ ਸੀ ਤੇ ਨਾਲ ਦੀ ਨਾਲ ਆਪਣਾ ਇਤਿਹਾਸ ਵੀ ਸੁਣਾਈ ਜਾਂਦੀਆਂ ਸੀ। ਸੋ ਬਹੁਤ ਜ਼ਰੂਰਤ ਆ, ਬਹੁਤ ਲੋੜ ਆ ਯਾਰ, ਜੇ ਅਸੀਂ ਆਪਣੇ ਆਪ ਨੂੰ ਬਚਾਉਣਾ, ਇਸ ਪੰਜਾਬ ਨੂੰ ਬਚਾਉਣਾ। ਸੋ ਬਹੁਤ ਬਹੁਤ ਧੰਨਵਾਦ ਜਿੰਨੇ ਚੱਕਰ ਨਗਰ ਦੇ ਵਾਸੀ, ਮੇਰੀਆਂ ਮਾਵਾਂ ਭੈਣਾਂ, ਮੇਰੇ ਨੌਜਵਾਨ ਬਜ਼ੁਰਗ ਬੱਚੇ, ਜਿੰਨੇ ਮੁੰਡੇ ਕਲੱਬ ਵਾਲੇ ਜਿਨ੍ਹਾਂ ਦੇ ਸੱਦੇ 'ਤੇ ਅਸੀਂ ਅੱਜ ਇੱਥੇ ਪਹੁੰਚੇ ਹਾਂ, ਉਹਨਾਂ ਦਾ ਬਹੁਤ ਧੰਨਵਾਦ ਆ। ਅਤੇ ਪਰਮਾਤਮਾ ਸੁੱਖ ਰੱਖੇ, ਕਿਤੇ ਗੇੜਾ ਵੱਜਦਾ ਰਹੇ, ਦੁਬਾਰਾ ਤੁਹਾਡੇ ਕੋਲ ਆਵਾਂਗੇ, ਸਾਰਿਆਂ ਨੂੰ ਸੁਣ ਕੇ ਜਾਣਾ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਆਪਾਂ ਸੁਣਦੇ ਹਾਂ ਵੱਖ ਵੱਖ ਬੁਲਾਰੇ ਬੋਲਦੇ ਆ, ਹਰ ਬੁਲਾਰੇ ਦੀ ਇੱਕੋ ਹੀ ਗੱਲ ਹੁੰਦੀ ਹੈ ਕਿ ਸਿਸਟਮ ਬੜਾ ਮਾੜਾ ਹੋ ਗਿਆ, ਪ੍ਰਬੰਧਕ ਬੜੇ ਮਾੜੇ ਹੋ ਗਏ, ਸਾਡੇ ਸਿਆਸੀ ਆਗੂ ਨੇ ਜਿਹੜੇ ਉਹ ਮਾੜੇ ਹੋ ਗਏ, ਸਾਡੇ ਪੰਜਾਬ ਦੇ ਹਾਲਾਤ ਬੜੇ ਮਾੜੇ ਹੋ ਗਏ। ਪਰ ਸਾਥੀਓ, ਗੱਲ ਮੈਂ ਕਹਿਣੀ ਚਾਹੁੰਦਾ ਅੱਜ ਕਿ ਆਪਾਂ ਹਮੇਸ਼ਾ ਜਿਹੜਾ ਦੋਸ਼ ਹੈ ਉਹ ਦੂਜੇ